ਹੁਣ ਕਿਸਾਨਾਂ ਦੀ ਮੁਸ਼ਕਲ ਕੀ ਹੈ ਹੁਣ ਕਿਸਾਨਾਂ ਦਾ ਮੁੱਦਾ ਕੀ ਹੈ ਆਮ ਸੜਕਾਂ ਕਿਉਂ ਬੰਦ ਕੀਤੀਆਂ ਜਾ ਰਹੀਆਂ ਸ਼ੈਲਰਾ ਵਾਲੇ ਜਿਹੜੇ ਇਹਨਾਂ ਨੂੰ ਚੋਣਾਂ 'ਚ ਵੱਡੇ ਵੱਡੇ ਫੰਡ ਦਿੰਦੇ ਨੇ ਆੜਤੀਆਂ ਵੱਡੀਆਂ ਵੱਡੀਆਂ ਫੰਡਾਂ ਦਿੰਦੇ ਅੱਜ ਉਹਨਾਂ ਦੀਆਂ ਪੂਰਤੀਆਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਪੰਜਾਬ ਸਰਕਾਰ ਦੇ ਅਗੇਂਸਟ ਪ੍ਰਦਰਸ਼ਨ ਕਰ ਰਹੇ ਹੋ ਧਰਨੇ ਲਾ ਰਹੇ ਹੋ ਸੜਕਾਂ ਰੋਕ ਰਹੇ ਹੋ ਭਾਈ ਸਾਡਾ ਝੋਨਾ ਸਾਹਿਬ ਲੋ ਉਹ ਅੱਜ ਪੰਜਾਬ ਸਰਕਾਰ ਵਾਲੇ ਬੀਜੇਪੀ ਦੇ ਖਿਲਾਫ ਧਰਨਾ ਲਾ ਰਹੇ ਆ ਇੱਥੇ ਸਰਕਾਰ ਦਾ ਫੇਲਿਅਰ ਮੈਂ ਕਹੂੰਗਾ ਮੈਨੂੰ ਲੱਗਦਾ ਹੈ ਕਿ ਇੱਕ ਡਰਾਮਾ ਹੈ ਸਰਕਾਰ ਦੀ ਮਿਲੀ ਭੁਗਤ ਹੈ ਅਸੀਂ ਮੰਨਦੇ ਹਾਂ ਕਿ ਰਾਹਗੀਰ ਲੋਕਾਂ ਨੂੰ ਤਕਲੀਫਾਂ ਆਉਂਦੀਆਂ ਨੇ ਤੁਹਾਡੇ ਪ੍ਰਬੰਧਾਂ ਨੇ ਕਿਸਾਨ ਨੂੰ ਐਸੀ ਕਿੜਕੀ 'ਚ ਫਸਾਤਾ ਉਹਦੇ ਕੋਲੇ ਕੋਈ ਰਸਤਾ ਹੀ ਨਹੀਂ ਸਭ ਮੂਕ ਦਰਸ਼ਕ ਬਣ ਕੇ ਬੈਠੇ ਨੇ ਮਤਲਬ ਇਹਦੇ ਵਾਸਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜਾਂ ਸੈਂਟਰ ਜ਼ਿੰਮੇਵਾਰ ਹੈ ਇਹ ਇੱਕ ਪੋਲੀਟੀਕਲ ਗੇਮ ਹੈ ਸਾਨੂੰ ਸ਼ੈਲਰ ਵਾਲੇ ਨੇ ਕਹਿਤਾ ਵੀ ਤੁਸੀਂ ਜਿੱਥੇ ਮਰਜ਼ੀ ਇੰਟਰਵਿਊਆਂ ਦੇ ਲਓ ਜਿਹਨੂੰ ਮਰਜ਼ੀ ਤੁਸੀਂ ਜਾ ਕੇ ਸ਼ਿਕਾਇਤ ਕਰ ਲਓ ਤੁਹਾਡਾ ਮਾਲ ਅਸੀਂ ਨਹੀਂ ਲਵਾਉਣਾ ਡੀਸੀ ਸਾਹਿਬ ਕਿੱਥੇ ਨੇ ਖੇਤੀਬਾੜੀ ਮੰਤਰੀ ਕਿੱਥੇ ਆਏ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਕਿੱਥੇ ਆ ਇਹ ਜਾਣ ਬੁੱਝ ਕੇ ਰੋਲਿਆ ਗਿਆ ਸੈਂਟਰ ਗਵਰਨਮੈਂਟ ਮੱਲੋ ਸੈਂਟਰ ਨੇ ਨਹੀਂ ਚੁੱਕਿਆ ਤੇ ਇਹਨਾਂ ਨੂੰ ਤਾਂ ਪਤਾ ਸੀ ਝੋਨਾ ਤੇ ਆ ਹੀ ਜਾਣਾ ਜਿਹੜਾ ਮੰਡੀ ਵਿਭਾਗ ਆ ਸਾਡਾ ਉਹ ਮਾਰਕੀਟ ਕਮੇਟੀਆਂ ਪੂਰੀ ਤਰ੍ਹਾਂ ਫੇਲ ਰਹੀਆਂ ਇਹਦੇ ਤੇ ਉੱਥੇ ਕਿਸੇ ਏਜੰਸੀ ਨੇ ਆ ਕੇ ਉਹਦਾ ਭਾਈ ਨਹੀਂ ਲਾਇਆ ਖੇਤੀਬਾੜੀ ਮੰਤਰੀ ਦਾ ਆਪਦਾ ਇਲਾਕਾ ਮਹੂ ਆਣਾ ਜੀ ਮੈਂ ਉੱਥੇ ਜਾ ਕੇ ਆਇਆ ਉੱਥੇ ਜਸਵੀਰ ਜੀ 12 12 13 13 ਮੌਸਚਰ ਵਾਲਾ ਝੋਨਾ ਪਿਆ ਮੰਡੀ 'ਚ ਇਹ ਸਾਰੇ ਕੁਝ ਲਈ ਕੀ ਲੱਗਦਾ ਵੀ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਦੀ ਬੇਸਮਝੀ ਹੈ ਜਾਂ ਉਹਨਾਂ ਕੋਲ ਤਜਰਬੇ ਦੀ ਘਾਟ ਹੈ ਜਿਵੇਂ ਹੁਣ ਕੀਤੀ ਹੈ ਕੇਂਦਰ ਨੇ ਜੀ ਅਗਰ ਕੇਂਦਰ ਹਰ ਵਾਰੀ ਉਹ ਕਰਨ ਲੱਗ ਪਏ ਫਿਰ ਕੀ ਹੋਊਗਾ ਮੰਨ ਲਓ 2 ਸਾਲ ਹੋਰ ਲਾ ਦੇ ਹੋਰ ਕਿਉਂ ਕਰ ਦੇਵੇ ਤੇ ਕਿੱਧਰ ਜਾਊਗਾ ਮੰਨ ਲਓ ਤੁਸੀਂ ਪੰਜਾਬ ਨੂੰ ਬਰਬਾਦ ਕਰ ਦੋਗੇ ਮੰਨ ਲਓ ਜੀ ਪੰਜਾਬ ਨੂੰ ਸੈਂਟਰ ਤੰਗ ਕਰਨਾ ਚਾਹੁੰਦਾ ਆਉਣ ਵਾਲੇ 5 ਸਾਲ ਲਗਾਤਾਰ ਉਹ ਇਸ ਤਰ੍ਹਾਂ ਕਰ ਦੇਵੇ ਤੇ ਪੰਜਾਬ ਦੇ ਕਿਸਾਨ ਜਾਣਗੇ ਕਿੱਧਰ ਕਿਸਾਨ ਨੂੰ ਉਹਨਾਂ ਨੇ ਅਹਿਸਾਸ ਕਰਵਾਉਣਾ ਹੈ ਕਿ ਤੂੰ ਰੇਟ ਮੰਗਦਾ ਹੈ ਤੂੰ ਇਹ ਕਹਿ ਵੀ ਮੇਰਾ ਚੱਕ ਲਓ ਤੁਸੀਂ ਐਮਐਸਪੀ ਭਾਲਦੇ ਹੋ ਤੁਸੀਂ ਤਾਂ ਮਿਹਨਤ ਕਰੋ ਵੀ ਸਾਡਾ ਝੋਨਾ ਦਾ ਚੱਕ ਲਓ ਜਿਹੜੇ ਮਰਜ਼ੀ ਭਾਅ ਤੇ ਚੱਕ ਲਓ ਪੰਜਾਬ ਦੇ ਬਹੁਤ ਸਾਰੇ ਜਿਹੜੇ ਅਮੀਰ ਕਿਸਾਨ ਨੇ ਅਮੀਰ ਲੋਕ ਆ ਉਹ ਤੇ ਰਾਜਸਥਾਨ ਵਾਲੀ ਕਣਕ ਖਾ ਰਹੇ ਆ ਤੁਹਾਡੀ ਏਡੀ ਮਾੜੀ ਕਣਕ ਤੁਹਾਡਾ ਇੰਨਾ ਮਾੜਾ ਝੋਨਾ ਅਸੀਂ ਨਹੀਂ ਚੁੱਕਦੇ ਫਿਰ ਪੰਜਾਬ ਦੇ ਬੰਦੇ ਜਾਣਗੇ ਕਿੱਧਰ ਨੂੰ ਇਹਦਾ ਮਤਲਬ ਡੀਏਪੀ ਵਾਲੀ ਕੰਪਨੀ ਦਾ ਯੂਰੀਆ ਵਾਲੀ ਕੰਪਨੀ ਦਾ ਕਿਸਾਨ ਗੁਲਾਮ ਹੋ ਗਿਆ ਇਹਦਾ ਮਤਲਬ ਕਿੱਡਾ ਵੱਡਾ ਘਪਲਾ ਹੈ ਜਿਹਦੇ ਨਾਲ ਕਿਸਾਨ ਲੁੱਟਿਆ ਜਾ ਰਿਹਾ ਹੈ ਪੰਜਾਬ ਦੀ ਪਛਾਣ ਪੰਜਾਬ ਦੀ ਕਿਸਾਨੀ ਕਰਕੇ ਹੈ ਪੰਜਾਬ ਦੇ ਕਿਰਤੀ ਲੋਕਾਂ ਕਰਕੇ ਹੈ ਤਾਂ ਪਿਛਲੇ ਕੁਝ ਦਿਨ ਤੋਂ ਫਿਰ ਜਿਹੜਾ ਹੈਗਾ ਪੰਜਾਬ ਦੀਆਂ ਕੁਝ ਥਾਵਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਸੜਕਾਂ ਵੀ ਕਈ ਥਾਵਾਂ ਤੇ ਜਾਮ ਹੋਈਆਂ ਤੇ ਮੀਡੀਆ ਦੇ ਵਿੱਚ ਵੀ ਜਿਹੜਾ ਹੈਗਾ ਕਿਸਾਨ ਮੁੜ ਆਪਣੀ ਜਿਹੜੀ ਗੱਲ ਉਹ ਰੱਖ ਰਹੇ ਹੈ ਕਈ ਥਾਵਾਂ ਤੇ ਜਦੋਂ ਜਾਮ ਲੱਗੇ ਤੇ ਕੁਝ ਮੀਡੀਆ ਨੇ ਦਿਖਾਇਆ ਵੀ ਲੋਕ ਤੰਗ ਹੋ ਰਹੇ ਹੈ ਜਦੋਂ ਕੋਈ ਸੜਕਾਂ ਬੰਦ ਹੋਣ ਤੇ ਆਵਾਜਾਈ ਦੇ ਵਿੱਚ ਵਿਘਨ ਤਾਂ ਪੈਂਦਾ ਹੀ ਹੈ ਜਦੋਂ ਬੰਦਾ ਕਿਤੇ ਆਪਣੇ ਕਾਰੋਬਾਰ ਨੂੰ ਕਿਤੇ ਡਿਊਟੀ ਦਫ਼ਤਰੇ ਕਿਤੇ ਦੁੱਖ ਸੁੱਖ ਜਾ ਰਿਹਾ ਹੋਵੇ ਅਚਨਚੇ ਤਾਂ ਕੋਈ ਸੜਕ ਬੰਦ ਹੋਵੇ ਤਾਂ ਹੁੰਦਾ ਤਾਂ ਅਕਸਰ ਹੁਣ ਕੀ ਹੈ ਹੁਣ ਕਿਸਾਨਾਂ ਨੂੰ ਦਿੱਕਤ ਕੀ ਹੈ ਕਿਸਾਨਾਂ ਦੀ ਮੰਗ ਕੀ ਹੈ ਕਿਸਾਨਾਂ ਦਾ ਮੁੱਦਾ ਕੀ ਹੈ ਇਹਨਾਂ ਜਿਹੜਾ ਹੈਗਾ ਮਸਲਿਆਂ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪੰਜਾਬ ਦੇ ਮੁਖੀ ਸੇਵਾਦਾਰ ਜਗਜੀਤ ਸਿੰਘ ਡੱਲੇਵਾਲ ਸਵਾਗਤ ਹੈ ਜੀ ਤੁਹਾਡਾ ਡੱਲੇਵਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡੱਲੇਵਾਲ ਸਾਹਿਬ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਮੁਲਕ ਦੇ ਲੋਕਾਂ ਨੇ ਦੁਨੀਆ ਭਰ ਦੇ ਲੋਕਾਂ ਨੇ ਜਿਹੜਾ ਕਿਸਾਨ ਅੰਦੋਲਨ ਹੋਇਆ 2020-21-22 ਦੇ ਵਿੱਚ ਉਹਨੂੰ ਬਹੁਤ ਰਜਵੀਂ ਹਮਾਇਤ ਦਿੱਤੀ ਸਰਕਾਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਉਹਨੂੰ ਬਦਨਾਮ ਕਰਨ ਦੇ ਲਈ ਉਹਨੂੰ ਫੇਲ ਕਰਨ ਦੇ ਲਈ ਪਰ ਅਕਾਲ ਪੁਰਖ ਦੀ ਮਿਹਰ ਦੇ ਨਾਲ ਤੇ ਲੋਕਾਂ ਦੇ ਸਾਥ ਦੇ ਨਾਲ ਫਤਿਹ ਹੋਇਆ ਹਾਲਾਂਕਿ ਯੂਨੀਅਨਾਂ ਦੇ ਵਿਚਲੇ ਬੰਦੇ ਵੀ ਕਈ ਵਾਰ ਜਿਹੜਾ ਹੈਗਾ ਉਹ ਰੰਗ ਬਦਲਦੇ ਰਹੇ ਪਰ ਫਿਰ ਵੀ ਫਤਿਹ ਹਾਸਲ ਹੋਈ ਜਿਹੜਾ ਪਿਛਲੇ ਕੁਝ ਦਿਨ ਤੋਂ ਮਤਲਬ ਧਰਨੇ ਲੱਗ ਰਹੇ ਨੇ ਕਈ ਥਾਵਾਂ ਤੇ ਟੋਲ ਜਾਂ ਸੜਕਾਂ ਜਾਮ ਕੀਤੀਆਂ ਜਾ ਰਹੀਆਂ ਨੇ ਉਹ ਸਪਸ਼ਟ ਰੂਪ 'ਚ ਕਈ ਵਾਰੀ ਨਾ ਲੋਕਾਂ ਤੱਕ ਸੁਣਿਆ ਨਹੀਂ ਜਾਂਦਾ ਵੀ ਆਹ ਅੱਜ ਰੋਡ ਜਾਮ ਹੋਊਗਾ ਨਹੀਂ ਹੋਊਗਾ ਕਿਉਂਕਿ ਅਚਨਚੇਤ ਕਈ ਵਾਰੀ ਸ਼ਾਇਦ ਮੈਨੂੰ ਐਂ ਲੱਗਦਾ ਵੀ ਹੋ ਰਿਹਾ ਹੁਣ ਕਿਸਾਨਾਂ ਦੀ ਮੁਸ਼ਕਲ ਕੀ ਹੈ ਹੁਣ ਕਿਸਾਨਾਂ ਦਾ ਮੁੱਦਾ ਕੀ ਹੈ ਕਿਸਾਨਾਂ ਦਾ ਕੀ ਮੰਗ ਕੀ ਹੈ ਔਰ ਕਿੰਤੋਂ ਮੰਗ ਆਮ ਸੜਕਾਂ ਕਿਉਂ ਬੰਦ ਕੀਤੀਆਂ ਜਾ ਰਹੀਆਂ ਦੇਖੋ ਜਸਵੀਰ ਜੀ ਗੱਲ ਕੀ ਹੈ ਇਹਨੂੰ ਜਿੰਨਾ ਚਿਰ ਅਸੀਂ ਸਾਰੀ ਕਹਾਣੀ ਨੂੰ ਨਹੀਂ ਸਮਝਾਂਗੇ ਉਨੀ ਦੇਰ ਤੱਕ ਐਂ ਲੱਗੇਗਾ ਵੀ ਕਿਸਾਨ ਸੜਕਾਂ ਰੋਕ ਕੇ ਬੈਠ ਕੇ ਤੇ ਕਿਸਾਨ ਸ਼ਾਇਦ ਐਵੇਂ ਹੀ ਬੈਠ ਕੇ ਜੀ ਬਾਕੀ ਜਦੋਂ ਇੱਕ ਤੰਤਰ ਇਸ ਗੱਲ ਤੇ ਜ਼ੋਰ ਲਾਉਂਦਾ ਹੋਵੇ ਨਾ ਕਿਉਂਕਿ ਅੱਜ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਬੜੇ ਸਟਰੋਂਗ ਆਈਟੀ ਸੈੱਲ ਨੇ ਜੀ ਉਹ ਇੱਕ ਤਰ੍ਹਾਂ ਦੀ ਹਨੇਰੀ ਉਸ ਵੇਲੇ ਪੈਦਾ ਕਰਦੇ ਆ ਕਿ ਜੀ ਆਹ ਦੇਖੋ ਕਿਸਾਨ ਸੜਕਾਂ ਤੇ ਫਿਰ ਬੈਠ ਗਏ ਕਿਸਾਨ ਸੜਕਾਂ ਤੇ ਫਿਰ ਬੈਠ ਗਏ ਤਾਂ ਉਹ ਇੱਕ ਤਰ੍ਹਾਂ ਦਾ ਮਤਲਬ ਨੈਰੇਟਿਵ ਕਿਸਾਨਾਂ ਦੇ ਖਿਲਾਫ ਸਿਰਜਣ ਦੀ ਗੱਲ ਕਰਦਾ ਹਾਲਾਂਕਿ ਕਿਸਾਨ ਦੀ ਜਿਹੜੀ ਦਸ਼ਾ ਹੈ ਉਹਨੂੰ ਕੋਈ ਨਹੀਂ ਜਾਣਦਾ ਉਹਨੂੰ ਕੋਈ ਨਹੀਂ ਸੁਣਦਾ ਉਹਨੂੰ ਤੁਹਾਡਾ ਸਵਾਲ ਸੀਗਾ ਵੀ ਹੁਣ ਕੀ ਸਮੱਸਿਆ ਹੈ ਜੀ ਹੁਣ ਕਿਉਂ ਆਏ ਗੱਲ ਸਭ ਤੋਂ ਪਹਿਲਾਂ ਸਮਝਣ ਵਾਲੀ ਗੱਲ ਇਹ ਹੈ ਕਿ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣੀ ਸੀ ਜੀ ਸਰਕਾਰ ਨੇ ਆਪ ਅਨਾਊਂਸ ਕੀਤਾ ਸੀ ਹਾਂ ਇਹ ਹਾਂ ਅਨਾਊਂਸਮੈਂਟ ਹੈ ਫਿਰ 1 ਅਕਤੂਬਰ ਤੋਂ ਵਿਕਣਾ ਸ਼ੁਰੂ ਹੋਣਾ ਸੀ ਤੇ ਆਪਾਂ ਅਕਸਰ ਵਹਿਣਿਆ ਜੀ
कि 20-22-25 अक्टूबर तिकर जाता जाता लगभग बड़ा हिस्सा झोना मतलब विक जाता है जी। हर बार ये होंगे हूँ इस बारी की होया कि जेड़ा 1 अक्टूबर 2 अक्टूबर 5 अक्टूबर का झोना आया वो झोना 20-22 अक्टूबर तक मंडिया च पिया सी। फिर ऐतकी इन्हों ने होर नवी पॉलिसी बनाई जी कि किसान का झोना मंडी दे विच इंटर ही वो करना होन देना है जिहदा मॉइस्चर 17 होया इहदे उपर मॉइस्चर वाला सी मंडी च इंटर ही नहीं करन देना। अच्छा जी हुण जदों मॉइस्चर 17 वाला आया है ते इहदा मतलब हुण तड़का लगना नहीं चाहिए ना जी जी वो तो फिर फौरी फटाफट तुल जाना चाहिए। सही है जो शर्ती रखती भी 17 वाला आ जाए तो तुल लो तो तुसी मार्केट कमेटी के अधिकारियों ने उन्होंने मुलाजमान ने आपके मॉइस्चर मीटर के राही चैक करके मंडी में एंटर कराया जी जी। हुण वह झोना असी देखिया जिहड़ा पिछे 20 तरीक नूं असी कुछ ढेरियां देखियां जी उहदे भी एक मेरी वीडियो मतलब तुसी शायद मेरे पेज ते मिल जाए तुहानूं जी उहदे विच जिहड़ा मॉइस्चर आया जी 12-13-14-15 जां 16 ये मॉइस्चर आया जी ਜਦੋਂ ਕਿ ਇੱਕ ਦਿਨ ਪਹਿਲਾਂ ਖਰੀਦ ਏਜੰਸੀ ਜਿਹੜੀ ਜਿਹੜਾ ਮੌਸਚਰ ਮੀਟਰ ਲਈ ਫਿਰਦੀ ਹੈ ਉਹਦੇ 'ਚ ਉਹਨਾਂ ਲੋਕਾਂ ਦਾ ਮੌਸਚਰ ਵਿਖਾਇਆ ਗਿਆ ਹੈ 21-22-20-19-18 ਉੱਥੇ ਵਿਖਾਇਆ ਗਿਆ ਜੀ। ਅਤੇ ਜਦੋਂ ਅਸੀਂ ਉੱਥੇ ਮਾਰਕੀਟ ਕਮੇਟੀ ਦੇ DMO ਤੋਂ ਮੰਗਵਾ ਕੇ ਮਸ਼ੀਨ ਨਾਲ ਚੈੱਕ ਕੀਤਾ ਮੌਸਚਰ ਮੀਟਰ ਨਾਲ ਜੀ ਤਾਂ ਉਹਦੇ 'ਚੋਂ ਨਿਕਲਦਾ ਕੋਈ 12 ਕੋਈ 11 ਕੋਈ 14 ਕੋਈ 17 16 ਉਹਦੇ 'ਚ ਇਹ ਹੈ। अच्छा इहदा मतलब किड्डा वड्डा घपला है जिहदे नाल किसान लुट्टिया जा रहा है। अज जिहड़े किसान दा जसवीर जी झोना इह कल्ला उत्थे नहीं होया जी तुसीं देखिया होगा 2 दिन पहला मैं मुक्तसर जिले दीआं कुछ मंडियां च गया जी इत्थे इक झोड़ मंडी गया मैं उत्थे 9 मॉइस्चर वाला झोना भी पिया है। अच्छा जी 11 मॉइस्चर वाला भी पिया है 12 मॉइस्चर वाला भी पिया है 13 मॉइस्चर वाला भी पिया है 14 मॉइस्चर वाला भी पिया है इह उत्थे पिया है जी और वो मंडी भरी पई है खचा खच असी मार्केट कमेटी का अधिकारी नाल लेके मुलाजम जी असी टोटल मंडिया का मतलब मॉइस्चर चेक किया एक भी ढेरी सानू 17 मॉइस्चर दी नहीं मिली सब 16-15-14-12 ये मिलिया। फिर वो अंदर किवें आ गया मैं जिहड़ी बेनती करना है जो 17 ते आया सीगा वो आके इत्थे सुक गया जी वो पए नूं मतलब 15-15 दिन हो गए पए नूं उत्थे किसी एजेंसी ने आके उहदा भा ही नहीं लाया। अच्छा जी कोई नहीं आया उत्थे और उत्थे 4 आड़तियां ने साडे कोले साडे सामने आके एक गल कीती वो कहिंदे जी वी सानू पता है असी तुसी सानू कहिंदे हो ते असी बोलदे आ लेकिन सानू ये पता भी इहदा खमियाजा भुगतना पएगा शैलर वाला साडा माल हुण नहीं लवाएगा सानू खरीद एजेंसी दे इंस्पैक्टर ने साडा माल नहीं लाउणा। अच्छा जी और उन्होंने आके बोलिया कि वह कहिंदे जी साडे कोलों 105 रुपए प्रति क्विंटल घट मंगया जा रहा है PR 126 या जिहड़ा हाईब्रिड के नाते कट मंगया जा रहा है। हुण इन्हां हालातों के विच जो किसान अंदाजा ला के दसो जी मंडी बोर्ड की एक ड्यूटी बनती है जी डिप्टी कमिश्नर की एक ड्यूटी बनती है DFSC की एक ड्यूटी बनती है कि समूथली प्रोग्राम नूं सारे सिस्टम नूं चलवावे जी जिला मंडी अफसर की ड्यूटी बनती है कि वह टाइम सिर आई ढेरी नूं तलवावे टाइम सिर जी तुल गई उन्होंने अगों माल चकवा के मंडिया वेलियां करे जी जिला मंडी अफसर जिला जिहड़ा मंडी विभाग है साडा वो मार्केट कमेटियां पूरी तरह फेल रही हैं इहदे ते। अच्छा जी कि उन्हां बारदाना दे नाल भरे माप बारदाने दे नाल अंबार लगे पए ने वो चकाया नहीं जिन्ना चिर नहीं चक्या जाता आड़तियां साडे किसान नूं कहिंदा वी बई हजे रुक जा हजे अगे जगह ही है नहीं किसान मंडी च अपना खेत झोना ठली खड़ा है जी। हुण इह जिहड़े हालात ने अगला पक्ष हुण अगला होर देखियो अपना सॉरी 25 अक्टूबर तो लैके 15 नवंबर तक जी ये जिहड़े 20-22 दिन हुंदे ने ना इह कणक दी बजांद दे सब तो बेहतर दिन हुंदे ने ते उह दिन किसान दे आई लंघ गए मंडियां 'च रुल जाणा मंडियां 'च रुल गया तां कल्ला उहनूं नुकसान झोने की सोक का या उदे कट का नहीं होना उन्हें यह नुकसान भी होना है कि जिहड़ी एग्रीकल्चर यूनिवर्सिटी दियां सिफारिशां ने जी उदे मुताबक अगर 1 हफ्ता कणक लेट हुंदी है तो 1 क्विंटल झाड़ घट जांदा है जे 2 हफ्ते लेट हो गए तो 2 क्विंटल झाड़ घट गया जी। हुण इधरले पासे 5-5 किलो तो सोक नाल उहदा किसान का उड़ाता
जी ठीक है जी। अगला 105 रुपये 110 रुपये 120 रुपये वो को कट ले लिया। नियर अबाउट तुम ये मन के चलो कि 225-250 रुपया किसान नुकसान हो गया जी। ठीक है जी। हुण एक क्विंटल मगर इन्ना नुकसान होया किसान का, तो जिहड़ा किला है किले दे विच्चों जेकर आपां 30 क्विंटल भी मन लगे जी, तो फिर तुसीं अनुमान ला के देखो किसान का नुकसान किन्ना है। इत्थे तां झोने च हो गया जी, अगे कणक का 2 क्विंटल झाड़ घट गया, ये नुकसान किसान का जी। फिर अगली गल सरकार ने कहता भी पराली साड़ोगे तो मुकदमे दर्ज SHO की रिस्पोंसीबिलिटी होगी जिदे एरिए अग लग गई जी। यार ये को टाइम ही नहीं कर रह गया, ਤੁਸੀਂ ਤੁਹਾਡੇ ਪ੍ਰਬੰਧਾਂ ਨੇ ਕਿਸਾਨ ਨੂੰ ਐਸੀ ਕਿੜਕੀ 'ਚ ਫਸਾਤਾ ਕਿ ਉਹਨੂੰ ਪਰਾਲੀ ਸਾੜਨੀ ਹੀ ਪਏਗੀ, ਉਹਦੇ ਕੋਲ ਕੋਈ ਰਸਤਾ ਹੀ ਨਹੀਂ। ਹੁਣ ਇਹਨਾਂ ਪਰਿਸਥਿਤੀਆਂ ਜਦੋਂ ਕਿਸਾਨ ਫਸਿਆ ਹੋਵੇ ਜੀ, ਫਿਰ ਕੀ ਕਰੇਗਾ? ਫਿਰ ਉਹਨੂੰ ਮਜਬੂਰਨ ਆਪਦੀ ਫਸਲ ਪਹਿਲੀ ਵੇਚਣੀ, ਅਗਲੀ ਬੀਜਣੀ, ਉਹਨੂੰ ਪਰਾਲੀ ਦਾ ਸਾਂਭ ਸੰਭਾਲ, DAP ਮਿਲ ਨਹੀਂ ਰਹੀ, DAP ਦੇ ਨਾਲ ਨੈਨੋ ਦਿੱਤੀ ਜਾ ਰਹੀ ਹੈ, ਇੰਨੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ, ਕੋਈ DC ਸੁਣ ਰਿਹਾ, ਕੋਈ SDM ਸੁਣ ਰਿਹਾ, ਕੋਈ ਜ਼ਿਲ੍ਹਾ ਮੰਡੀ ਅਫਸਰ ਸੁਣ ਰਿਹਾ, ਕੋਈ DFSC ਸੁਣ ਰਿਹਾ, ਕੋਈ ਨਹੀਂ ਸੁਣ ਰਿਹਾ, ਸਭ ਮੂਕ ਦਰਸ਼ਕ ਬਣ ਕੇ ਬੈਠੇ ਨੇ। ਈਵਨ ਕਿ ਪੰਜਾਬ ਦੀ ਸਰਕਾਰ ਜਿਹੜੀ ਰਿਸਪੋਂਸੀਬਲ ਹੈ ਉਹ ਵੀ ਮੂਕ ਦਰਸ਼ਕ ਬਣ ਕੇ ਬਣੀ ਬੈਠੀ ਹੋਈ ਹੈ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਸੁੱਤੇ ਹੋਏ ਸਿਸਟਮ ਨੂੰ ਤੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਇੱਕੋ ਹੀ ਰਸਤਾ ਬਚਦਾ ਹੈ ਕਿ ਕਿਸਾਨ ਵਿਚਾਰੇ ਸੜਕਾਂ 'ਤੇ ਆਉਂਦੇ ਆ, ਔਰ ਉਹ ਇਹ ਕਿਸਾਨਾਂ ਦੀ ਮਜਬੂਰੀ ਸਮਝਣੀ ਚਾਹੀਦੀ ਹੈ। ਅਸੀਂ ਮੰਨਦੇ ਹਾਂ ਕਿ ਰਾਹਗੀਰ ਲੋਕਾਂ ਨੂੰ ਤਕਲੀਫਾਂ ਆਉਂਦੀਆਂ ਨੇ ਜੀ, ਲੇਕਿਨ ਇਹ ਤਾਂ ਯਾਰ ਸਮਝੋ ਕਿ ਕਿਸਾਨ ਨੇ 1 ਕੁਇੰਟਲ ਝੋਨਾ ਪੈਦਾ ਕਰਿਆ ਜਿਹੜਾ ਉਹ ਤੁਹਾਨੂੰ ਦੇਤਾ ਜੀ। ਇੱਕ ਕਿਸਾਨ ਦਾ ਪਰਿਵਾਰ 10-12 ਕਿਲੋ ਤੋਂ ਵੱਧ ਝੋਨਾ ਨਹੀਂ ਖਾਂਦਾ ਸਾਲ ਭਰ ਦਾ, 15 ਕਿਲੋ ਖਾਧਾ ਜਾਊ ਜੀ। ਬਾਕੀ ਜੇ ਕਿਸੇ ਨੇ 1000 ਮਣ ਪੈਦਾ ਕੀਤਾ ਹੈ, ਫੂਡ ਭੰਡਾਰ 'ਚ ਹਿੱਸਾ ਪਾਇਆ। ਜੇ ਕਿਸਾਨ ਨੇ ਕਣਕ ਪੈਦਾ ਕਰੀ ਹੈ ਉਹਨੂੰ ਆਪਦੇ ਘਰ ਦੇ ਲਈ 20 ਮਣ ਜਾਂ 25 ਮਣ ਜਾਂ 30 ਮਣ ਕਣਕ ਦੀ ਲੋੜ ਹੈ ਜੀ। ਜੇ ਉਹਨੇ 500 ਮਣ ਕਣਕ ਪੈਦਾ ਕੀਤੀ ਹੈ ਤਾਂ 470 ਮਣ ਤਾਂ ਉਹਨੇ ਮਤਲਬ ਫੂਡ ਭੰਡਾਰ 'ਚ ਪਾਇਆ ਹੈ, ਤਾਂ ਫੂਡ ਭੰਡਾਰ 'ਚ ਪਾਇਆ ਤਾਂ ਇਹਦਾ ਮਤਲਬ ਜਿਹੜੇ ਲੋਕ ਰਾਹਗੀਰ ਨੇ ਜੀ ਅੱਜ ਕਿਸਾਨਾਂ 'ਤੇ ਖਫਾ ਹੁੰਦੇ ਨੇ, ਉਹ ਯਾਰ ਭਾਈ ਤੁਹਾਡੇ ਢਿੱਡ ਦਾ ਝੁਲਕਾ ਹੈ ਇਹ ਕਿਸਾਨ ਪੈਦਾ ਕਰਕੇ ਦੇ ਰਿਹਾ ਹੈ, ਇਹ ਘੱਟੋ ਘੱਟ ਇਹਦੀ ਇੰਨੀ ਕੁ ਤਾਂ ਮਦਦ ਕਰ ਦਿਓ, ਇਹਦੇ ਨਾਲ ਇੰਨੀ ਕੁ ਤਾਂ ਹਮਦਰਦੀ ਜਿਤਾ ਦਿਓ ਕਿ ਬਈ ਤੁਸੀਂ ਤੁਹਾਡਾ ਫਰਜ਼ ਤਾਂ ਇਹ ਬਣਦਾ ਹੈ ਕਿ ਠੀਕ ਹੈ ਜੇ ਸਾਡਾ ਕਿਸਾਨ ਦੁਖੀ ਹੈ, ਜਿਹੜਾ ਸਾਡਾ ਅੰਨਦਾਤਾ ਦੁਖੀ ਹੈ, ਤਾਂ ਫਿਰ ਅਸੀਂ ਵੀ ਮਤਲਬ ਸੜਕਾਂ 'ਤੇ ਬੈਠੀਏ, ਸਾਡੀ ਆਮ ਪਬਲਿਕ ਵੀ ਸਾਡੀ ਸਪੋਰਟ ਦਿੱਤੇ ਆਵੇ। ਲੇਕਿਨ ਇਹ ਇੱਕ ਟ੍ਰੈਂਡ, ਇੱਕ ਮਾਹੌਲ ਸਿਰਜ ਦਿੱਤਾ ਜਾਂਦਾ ਹੈ ਸਰਕਾਰਾਂ ਦੇ IT ਸੈੱਲਾਂ ਵੱਲੋਂ ਕਿ ਬਈ ਦੇਖੋ ਕਿਸਾਨ ਸੜਕਾਂ 'ਤੇ ਬੈਠ ਗਈ, ਸੜਕਾਂ 'ਤੇ ਬੈਠ ਗਈ, ਉਹ ਫਿਰ ਜਿਹੜੀ ਦੁਹਾਈ ਹੁੰਦੀ ਹੈ ਉਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਕ ਮੈਂ ਤੁਹਾਨੂੰ ਹੋਰ ਧਿਆਨ 'ਚ ਲਿਆਵਾਂ ਗੱਲ ਜੀ, ਸਰਕਾਰ ਦੀ ਨੀਅਤ 'ਤੇ ਦੇਖੋ ਕਿਸ ਦੀ ਹੈ। ਅਸੀਂ ਫਰੀਦਕੋਟ 'ਚ ਸਾਡਾ ਫੈਸਲਾ ਹੋਇਆ ਜੀ ਕਿ ਬਈ 17 ਮੋਇਸਚਰ ਵਾਲਾ ਸਾਰਾ ਮਾਲ ਕੱਲ੍ਹ ਤੋਂ ਤੁਹਾਨੂੰ ਮੰਡੀ 'ਚ ਨਹੀਂ ਮਿਲੇਗਾ, ਅਤੇ ਕੱਲ੍ਹ ਹਫ਼ਤੇ ਬਾਅਦ ਫਰੀਦਕੋਟ ਜ਼ਿਲ੍ਹੇ ਦਾ ਸ਼ੇਰ ਸਿੰਘ ਵਾਲੇ ਪਿੰਡ 'ਚ ਮੈਂ ਗਿਆ ਜੀ, ਉੱਥੇ 9 ਮੋਇਸਚਰ 12 ਮੋਇਸਚਰ 13 ਮੋਇਸਚਰ ਵਾਲਾ ਮਾਲ ਪਿਆ। ਜੇ ਉਹ ਉੱਥੇ ਪਿਆ ਹੈ ਤਾਂ ਇਹਦਾ ਮਤਲਬ ਸਾਡੀ ਗੱਲਬਾਤ ਦਾ ਤਾਂ ਕੋਈ ਅਸਰ ਨਾ ਆਇਆ ਜੀ। ਜੇ ਉਹ ਗੱਲਬਾਤ ਦਾ ਸਾਡੀ ਕਹੀ ਗੱਲ ਦਾ ਸਾਡੀ ਮੀਟਿੰਗ ਦਾ ਕੋਈ ਅਸਰ ਹੋਵੇ ਫਿਰ ਤਾਂ ਉਹ ਹੈ ਨਾ, ਲੇਕਿਨ ਨਹੀਂ ਹੋਇਆ। ਹੁਣ ਉਹ ਹਾਲਾਤ ਮਜਬੂਰਨ ਕਿਸਾਨਾਂ ਨੂੰ ਇਹ ਪ੍ਰੋਗਰਾਮ ਦੇਣਾ ਪੈ ਰਿਹਾ ਹੈ ਜੀ, ਫਰੀਦਕੋਟ ਵੀ ਔਰ ਇੱਥੇ ਮੁਕਤਸਰ ਵੀ, ਇਹ ਸਾਰੇ ਹਾਲਾਤਾਂ ਨੂੰ ਵੇਖ ਕੇ ਜੀ ਕਿ ਅਸੀਂ ਜ਼ਿਲ੍ਹਾ ਮੰਡੀ ਅਫਸਰ ਦਾ ਘਰਾਓ ਕਰਾਂਗੇ। 4 ਤਰੀਕ ਇਹਨਾਂ ਨੇ ਰੱਖੀ ਹੈ ਜੀ, 4 ਤਰੀਕ ਫਰੀਦਕੋਟ ਵਾਲੇ ਨੇ ਰੱਖੀ ਹੈ। ਹੁਣ ਇਹ ਵੀ ਕਲੀਅਰ ਹੈ, ਮੈਨੂੰ ਪਤਾ ਇਸ ਗੱਲ ਦਾ ਕਿਉਂਕਿ ਅਫਸਰ ਅਕਸਰ ਇਹ ਕਰਦੇ ਹੁੰਦੇ ਆ ਜੀ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਿਸਾਨਾਂ ਨੇ ਸਾਡਾ ਘਰਾਓ ਕਰਨਾ ਹੈ, ਅਫਸਰ ਨੇ ਆਉਣਾ ਹੀ ਨਹੀਂ। ਹੁਣ ਮੈਨੂੰ ਇਹ ਦੱਸਿਓ ਵੀ ਅਸੀਂ ਤਾਂ ਅਫਸਰ ਦਾ ਘਰਾਓ ਕਰਨ ਚੱਲੇ ਹਾਂ ਨਾ ਜੀ, ਅਤੇ ਅਫਸਰ ਅੱਗੇ ਖੜਦਾ ਹੀ ਨਹੀਂ, ਬਹਿੰਦਾ ਹੀ ਨਹੀਂ, ਸਾਡੀ ਗੱਲ ਹੀ ਨਹੀਂ ਸੁਣਨ ਨੂੰ ਤਿਆਰ, ਡਿਪਟੀ ਕਮਿਸ਼ਨਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ, ਤਾਂ ਫਿਰ ਸਾਨੂੰ ਉਹਨਾਂ ਨੂੰ ਗੱਲ ਸੁਣਾਉਣ ਵਾਸਤੇ ਉਹਨਾਂ ਨੂੰ ਟੇਬਲ 'ਤੇ ਲਿਆਉਣ ਦੇ ਲਈ ਫਿਰ ਕੀ ਕਰਾਂਗੇ, ਸਾਡੇ ਕੋਲ ਹੱਲ ਕੀ ਹੈ? ਫਿਰ ਤਾਂ ਕਿਤੇ ਨਾ ਕਿਤੇ ਸੜਕ 'ਤੇ ਬੈਠਣਾ ਪਊਗਾ ਨਾ ਜੀ। ਸੋ ਇਹ ਲੋਕ ਸਾਨੂੰ ਮਜਬੂਰ ਕਰਦੇ ਨੇ ਕਿ ਮਗਰੋਂ ਆਪਦੇ IT ਸੈੱਲ ਦੇ ਰਾਹੀਂ ਬਦਨਾਮ ਕਰਦੇ ਨੇ ਤਾਂ ਕਿ ਅੰਦੋਲਨਕਾਰੀਆਂ ਨੂੰ ਬਦਨਾਮ ਕੀਤਾ ਜਾ ਸਕੇ ਜੀ। ਇਹ ਸਾਡੇ ਲੋਕਾਂ ਨੂੰ ਇਹ ਸਾਰੀ ਸਿਚੁਏਸ਼ਨ ਨੂੰ ਸਮਝਣਾ ਪਏਗਾ ਜੀ। ਤਾਂ ਇੱਕ ਜੇ ਅਸੀਂ ਜਨਰਲੀ ਜੀ ਗੱਲ ਕਰੀਏ, ਮਤਲਬ ਫਸਲ ਤਾਂ ਹਰ ਵਾਰ ਆਉਂਦੀ ਹੈ,
फसल कोई वध तो वध कोई किसी की कोई हफ्ता लेट पक जाती कोई हफ्ता पहला कई बार कोई मौसम ढिला मसा वध घट हो जाए तो वध तो वध कोई पांच चार दिन का फर्क पैंदा फसल तो आनी है जिहड़ा झोना बीजा उन्हें वड्डा होकर पक के मंडिया च हर बार हुंदा मतलब इन च पिछले दिन ना मैं एक सियासी लीडर की जिहड़ी इंटरव्यू की झोना लैके उन्होंने बोलिया कहिंदा जिहड़ी हुण वाली सरकार है तो जिदा बिल्कुल अनजाण बंदे नूं भा देवे ना इहनूं पता सी फसल आनी है जगह साडे कोल है नहीं शैलर पहला भरे हुए आ मतलब इन्हां दे अनजाण पुणे दा तरीका है ये सारे कुछ दे वास्ते जिहड़ा हुण हो रिहा किसान दुखी आ मंडियां उवें ही भरियां पईआं जिदा पहले दिन जिन्ना आया सी माल जिन्नी फसल आई सी उन्नी दी उन्नी पई है कई थावां ते माड़ी मोटी चुकी है हाला लाला बुरे हाल मंडियां च कट्ठ वज्जिया पिया सड़कां जाम मंडियां दे विच मतलब इहदे वास्ते पंजाब सरकार जिम्मेवार है या सेंटर जिम्मेवार है या वध जिम्मेवारी कहिंदी सी पहला जिम्मेवारी कहिंदी सी दूजी वीर हुण ते आपस अज आप वाले भी सेंटर दे खिलाफ प्रदर्शन कर रहे सी उन्होंने पानी पाता उन्होंने पग्गां वी लाईआं कईआं दीआं विचारियां दीआं हुण इह जिहड़ा चल रिहा है वध जिम्मेवारी पहला कहिंदी सी फिर जे हुण आप वाले बीजेपी दी गल सुट रहे है तुसीं किहदे सुटदे हो। देखो पहली तो गल जसवीर मैं थोड़ी उस गल की गल करा भी तुसी क्या भी एक पोलीटिकल लीडर ने कहा भी यह तो आम बंदे नू भी पता है अनजाण बंदे नू भी पता भी झोना आना है। मैं ये गल कहा कि उन्हां दी पोलीटिकली गल्लां भी होंदियां ने जे उन्हां नू किसान दा इन्ना दर्द है तो उन्हां दी पार्टियां कोले कैडर है क्यों नहीं डीसी नू डीसी दे दफ्तर घेर के बैठे जी सही चलो असीं तां सड़कां ते बहिंदे आ साडा तां माड़ी गल है वो तो डीसी दफ्तर घोर के बैठ सकते हैं वो तो मुख्यमंत्री का घर घेर के बैठ सकते हैं ना लेकिन वो नहीं करना किसी ने वो सिर्फ पोलीटिकली बयानबाजी है एक दूजे को बदनाम करना। मैं जी अगली गल करदा हुण तुसी सवाल सीगा तुहाडा कि जिम्मेवारी की दी है जिम्मेवारी की दी है। देखो सब तो पहली तो गल है कि केंद्र ने एक जिम्मेवारी बनती सी कि पिछला जो चौल सीगा जी वो चौल इतों वेला करके स्टोरां नूं वेला कर दे जी तो आ समस्या सानू आउंदी ना एक गल जी हुण जे उन्होंने बेईमानी की है ये भी पोलीटिकल गेम है उन्होंने पता कि पंजाब के अंदर सरकार दूजियां दी है जे असी इत्थे झोना रोलता तो उन्होंने खिलाफ लोगों का गुस्सा भड़क जूगा जी ये एक पोलीटिकल गेम है लेकिन रुलिया किसान ये जान बुझ के रुलिया गया सेंटर गौरमेंट वाले। अगली गल है हुण एक की पंजाब सरकार नूं नहीं पता जिहड़ा तुहाडा सवाल सीगा जी कि भी झोना आना है मान लो सेंटर ने नहीं चुकया जिम्मेवारी बनती सी कि झोना खरीदना तो लगभग बड़ा हिस्सा पंजाब दी एजेंसियां ने खरीदना होंदा बाद एफसीए ने ले लेना हुण वो जिहड़ा झोना खरीदया जाना सीगा ओहदे ते इन्हां दी नलायकी नोट कर लो शैलरा वालिया ने यह कहा कि जी साडा सानू स्पेस का प्रबंध करके दो फिर असी मतलब लुआवांगे ते नहीं तो असी माल नहीं लुआंदे। अच्छा जी पहली तो गल है कि शैलरा वालिया का फर्ज बनता सी यह गल अज करन दी बजाए ये दो महीने पहला कर दे जी और जिन्नी कु उन्होंने कीती इत्थे सरकार दा फेलियर मैं कहूंगा भगवंत मान जी का फर्ज बनता सी जो गल कर रहे सी उन्हां दी स्पेस दे प्रबंधां दी ध्यान कर दे उन्होंने पहला कहता सी भी असी झोना नहीं लाउणा तो फिर सरकार नूं चाहीदा सीगा किते जगह नहीं सी मतलब प्रोवाइड कराई जा सकदी एजेंसियां नूं हर एक एजेंसी नूं जिले च या तहसील पद्धर दे उत्ते कितने कुछ थोड़ी बहुत ही कोई दो कनाल कोई चार कनाल जगह प्रोवाइड कराई होंगी जी उस इलाके चो जिन्ना झोना खरीद दे उस जगह के उत्ते स्टैग ला लेंगे वो उत्ते स्टैग लगी जाता आपे जो शैलर वाले नाल समझौता होंदा फैसला होंदा उदों उत्थों चक्या जाता सही उहदा चार पैसों का खर्चा पंजाब गवर्नमेंट चल लैंदी ते किसानां नूं समय सिर वेले तां कर दिंदे ना जी तो ये मैं कहूँगा कि पंजाब सरकार ने बिल्कुल मूक दर्शक बन के बैठी रही है पंजाब सरकार ने कोई इंट्रस्ट नहीं दिखाया जी किसान बेचारा रुलिया ये रज के रुलिया हुण उदू गाह मैं अगली गल करदा हुण गाह पंजाब सरकार की कर रही है पिछे सानू एक कहा तो एक दो दिन पहला मीटिंग हुई जिहड़ी जी उस मीटिंग च मंत्री जी ये कहिंदे ने कि जिहड़ा किसानां नूं कट ला रहा है कोई सानू दसो असी वीडियो पा के दसता जी आ मुक्सर दा गोल्डन शैलर वाला कोई वो कट मंगदा है एक मलोट दा कोई कट मंग रहा है शरेआम लल करके मंग रहा है जी वो कहिंदा भी नहीं मतलब मैं लाउणा फरीदकोट दे कई कुछ हो जांदा है बठिंडे च कुछ हो जांदा है जी लै असीं तुहानूं दस रहे हां भाई खेतीबाड़ी मंत्री दे इलाके है सारे तेरे इलाके है तुहानूं दस रहे हां भी आ हो रहा है रोक इहनूं खेतीबाड़ी मंत्री दा आपदा इलाका मऊ वाला जी मैं उत्थे जाके आया उत्थे उत्थे जसवीर जी 12 12 13 13 मॉइस्चर वाला झोना पिया मंडी च
ਉੱਥੇ ਕੋਈ ਨਹੀਂ ਸੁਣ ਰਿਹਾ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਰਿਹਾ ਝੋੜ ਪਿੰਡ 'ਚ ਮੈਂ ਗਿਆ, ਉੱਥੇ ਇਹ ਹਾਲ ਹੈ, ਉੱਥੇ ਕਿਸਾਨਾਂ ਦੀ ਕੋਈ ਨਹੀਂ ਸੁਣਵਾਈ ਹੋ ਰਹੀ। ਜੀ ਜੀ ਜੀ। ਆੜਤੀਏ ਵਿਚਾਰੇ ਪਿੱਟ ਰਹੇ ਨੇ। ਅੱਜ ਉਹ ਆੜਤੀਏ ਮੇਰੇ ਕੋਲ ਰੋਏ ਦੁਬਾਰਾ, ਸੁਨੇਹਾ ਭੇਜਿਆ ਉਹਨਾਂ ਨੇ, ਉਹ ਕਹਿੰਦੇ ਪ੍ਰਧਾਨ ਜੀ ਸਾਨੂੰ ਸ਼ੈਲਰ ਵਾਲੇ ਨੇ ਕਹਿਤਾ ਵੀ ਤੁਸੀਂ ਜਿੱਥੇ ਮਰਜ਼ੀ ਇੰਟਰਵਿਊਆਂ ਦੇ ਲਓ, ਜਿਹਨੂੰ ਮਰਜ਼ੀ ਤੁਸੀਂ ਜਾ ਕੇ ਸ਼ਿਕਾਇਤ ਕਰ ਲਓ, ਤੁਹਾਡਾ ਮਾਲ ਅਸੀਂ ਨਹੀਂ ਲਵਾਉਣਾ। ਅੱਛਾ, ਇੱਥੋਂ ਤੀਕਰ ਕਹਿਤਾ। ਮੈਂ ਕਹਿੰਦਾ ਡੀ ਸੀ ਸਾਹਿਬ ਕਿੱਥੇ ਨੇ, ਖੇਤੀਬਾੜੀ ਮੰਤਰੀ ਕਿੱਥੇ ਹੈ, ਸਾਡੇ ਮਾਣਯੋਗ ਮੁੱਖ ਮੰਤਰੀ ਜੀ ਕਿੱਥੇ ਹੈ? ਅੱਜ ਉਹਨਾਂ ਨੂੰ ਕਿਉਂ ਨਹੀਂ ਬਲੈਕਲਿਸਟ ਕੀਤਾ ਜਾਂਦਾ ਜੀ? ਅੱਜ ਕਿਉਂ ਨਹੀਂ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਂਦੀ ਕਿ ਤੁਸੀਂ ਕਿਸਾਨਾਂ ਨੂੰ ਇਹ ਕਰ ਰਹੇ ਹੋ? ਸਾਡੇ ਕੋਟਕਪੂਰੇ ਦੇ ਅੰਦਰ ਆਪਣਾ ਡੀ ਐਫ ਐਸ ਸੀ ਬੈਠਾ ਹੈ, ਡੀ ਐਮ ਓਜ਼ ਬੈਠੇ ਨੇ, ਮੰਡੀ ਬੋਰਡ ਦਾ ਜਿਹੜਾ ਚੇਅਰਮੈਨ ਬੈਠਾ ਹੈ, ਕੋਟਕਪੂਰੇ ਦਾ ਇੱਕ ਫੋਨ ਆਉਂਦਾ ਹੈ ਔਰ ਉਹ ਫੋਨ ਦੇ ਵਿੱਚ ਕਲੀਅਰ ਬੋਲ ਰਿਹਾ ਬੰਦਾ, ਉਹ ਕਹਿੰਦਾ ਜੀ ਇੱਥੇ ਸਾਡੇ ਕੋਲੋਂ 2160 ਰੁਪਈਏ ਝੋਨਾ ਖਰੀਦਿਆ ਜਾ ਰਿਹਾ ਹੈ। ਔਰ ਉਸ ਵੇਲੇ ਤਾਂ ਬੜੇ ਐਕਟਿਵ ਸੀ ਸਾਰੇ, ਕਹਿੰਦੇ ਜੀ ਤੁਰੰਤ ਕਾਰਵਾਈ ਕਰੋ ਜੀ, ਪਰਚਾ ਦਰਜ ਕਰੋ ਜੀ, ਉੱਥੇ ਇੱਕ ਡਿਪਟੀ ਵੀ ਬੈਠਾ ਹੈ, ਲੇਕਿਨ ਅੱਜ ਤੀਕਰ ਕੋਈ ਪਰਚਾ ਦਰਜ ਨਹੀਂ ਹੋਇਆ ਜੀ। ਇਹਦਾ ਮਤਲਬ ਸਰਕਾਰ ਦੀ ਮਿਲੀ ਭੁਗਤ ਦੇ ਨਾਲ, ਸਰਕਾਰ ਦੇ ਨੱਕ ਦੇ ਥੱਲੇ ਮੈਂ ਕਹੂੰਗਾ ਜੀ, ਕਿਉਂਕਿ ਜੇਕਰ ਮਾਰਕੀਟ ਕਮੇਟੀਆਂ ਕਾਰਵਾਈ ਨਹੀਂ ਕਰ ਰਹੀਆਂ, ਕਿਸਾਨਾਂ ਤੋਂ ਲੁੱਟਿਆ ਜਾ ਰਿਹਾ ਹੈ, ਤਾਂ ਫਿਰ ਇਹਦਾ ਮਤਲਬ ਕਲੀਅਰ ਹੈ ਕਿ ਕਿਸਾਨ ਨੂੰ ਲੁੱਟਾਇਆ ਜਾ ਰਿਹਾ। ਇਹ ਸਾਰੇ ਕੁਛ ਲਈ ਕੀ ਲੱਗਦਾ ਵੀ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਦੀ ਬੇਸਮਝੀ ਹੈ ਜਾਂ ਉਹਨਾਂ ਕੋਲ ਤਜਰਬੇ ਦੀ ਘਾਟ ਹੈ? ਜਿੱਦਾਂ ਜਨਰਲੀ ਜੀ ਗੱਲ ਨਾ, ਪਰਿਵਾਰ ਦੇ ਵਿੱਚ ਵੱਡਾ ਬਜ਼ੁਰਗ ਹੋਵੇ ਉਹ ਪਹਿਲਾਂ ਹੀ ਰੌਲਾ ਪਾਉਣਾ ਸ਼ੁਰੂ, ਵੀ ਫਸਲ ਆ ਗਈ ਭਾਈ, ਫਸਲ ਆ ਗਈ ਭਾਈ, ਜਿਹੜਾ ਸੰਦ ਸੱਪੇ ਨੂੰ ਹੱਥ ਮਾਰ ਲਓ ਮਾੜਾ ਮੋਟਾ, ਅਤੇ ਇਹ ਤਾਂ ਮੁਖੀ ਹੈ ਪੰਜਾਬ ਦਾ, ਬੇਸ਼ੱਕ ਉਮਰ 'ਚ ਛੋਟਾ ਪਰ ਬਜ਼ੁਰਗ ਹੈ, ਵੱਡੀ 'ਚ ਪਦਵੀ 'ਤੇ ਹੈ, ਪੰਜਾਬ ਦਾ ਰਾਜਾ ਹੈ, ਉਹਨੂੰ ਚਿੰਤਾ ਹੋਣੀ ਚਾਹੀਦੀ ਵੀ ਇੰਨੇ ਲੱਖਾਂ ਟਨ ਝੋਨਾ ਆ ਜਾਣਾ, ਆਪਣੇ ਮੰਤਰੀਆਂ ਦੀ ਮੀਟਿੰਗ ਸੱਦੇ ਵੀ ਝੋਨਾ ਆਊਗਾ, ਮੰਨ ਲਓ ਸੈਂਟਰ ਸਰਕਾਰ ਸਾਨੂੰ ਕੋਪਰੇਟ ਨਹੀਂ ਕਰ ਰਹੀ, ਸਕੂਲਾਂ ਦੇ ਗਰਾਊਂਡ ਨੇ ਹਰ ਇਲਾਕੇ ਦੇ ਵਿੱਚ, ਕੋਈ ਨਾ ਕੋਈ ਸਟੇਡੀਅਮ ਹੈ ਹਰ ਇਲਾਕੇ ਦੇ ਵਿੱਚ, ਕੋਈ ਨਾ ਕੁਛ ਜਿੱਦਾਂ ਫੋਕਲ ਪੁਆਇੰਟ ਹੈ, ਮੰਡੀਆਂ ਤੋਂ ਇਲਾਵਾ ਕੁਛ ਥਾਵਾਂ ਹੈਗੀਆਂ ਨੇ, ਪ੍ਰਾਈਵੇਟ ਉਹਨਾਂ ਦਾ ਮੰਡੀਕਰਨ ਕੀਤਾ ਜਾਂਦਾ, ਕੁਛ ਨਾ ਕੁਛ ਆਰਜ਼ੀ ਤੌਰ 'ਤੇ ਪ੍ਰਬੰਧ ਤਾਂ ਹੋਣੇ ਚਾਹੀਦੇ ਸੀ ਨਾ, ਹੁਣ ਉਹ ਖੁਦ ਧਰਨਾ ਦੇ ਰਹੇ ਨੇ ਵੀ ਸਾਡੇ ਵੱਸ ਦੀ ਗੱਲ ਨਹੀਂ ਹੈਗੀ, ਫਿਰ ਇਹ ਤਾਂ ਹੱਥ ਖੜੇ ਕਰਨ ਵਾਲੀ ਗੱਲ ਹੋ ਗਈ ਨਾ। ਨਹੀਂ ਉਹ ਮੈਂ ਕਹਿੰਦਾ ਅੱਜ ਵਾਲਾ ਜਿਹੜਾ ਧਰਨਾ ਉਹਨਾਂ ਦਾ ਦੇਣਾ ਹੈ, ਮੈਨੂੰ ਲੱਗਦਾ ਹੈ ਕਿ ਇੱਕ ਡਰਾਮਾ ਹੈ, ਉਹ ਜਿਹੜੀ ਤੁਸੀਂ ਗੱਲ ਕਰੀ ਹੈ, ਕਿੰਨੇ ਸਕੂਲਾਂ ਦੇ ਗਰਾਊਂਡਾਂ ਦੇ ਵਿੱਚ ਇਹਨਾਂ ਨੇ ਪ੍ਰਬੰਧ ਕਰਤਾ, ਕਿੰਨੇ ਪੰਚਾਇਤੀ ਜਗ੍ਹਾ ਪਈਆਂ ਸੀ ਜਿੱਥੇ ਇਹਨਾਂ ਨੇ ਪ੍ਰਬੰਧ ਕਰਾਤਾ ਵੀ ਇੱਥੇ ਇੱਥੇ ਝੋਨਾ ਲਾ ਦਿਓ ਜੀ, ਕਿਤੇ ਨਹੀਂ ਕਰਿਆ। ਸਹੀ, ਆਪ ਤਾਂ ਕਰੇ ਕੱਖ ਨਹੀਂ ਨਾ, ਅਤੇ ਮੈਂ ਜੇ ਇਹ ਵੀ ਕਹਾਂ ਕਿ ਸਰਕਾਰ ਦਾ ਫੇਲੀਅਰ ਹੈ, ਬੁਰੀ ਤਰ੍ਹਾਂ ਫੇਲੀਅਰ ਹੈ, ਅਤੇ ਇਕੱਲਾ ਫੇਲੀਅਰ ਵੀ ਨਹੀਂ, ਸਰਕਾਰ ਦੀ ਮਿਲੀ ਭੁਗਤ ਹੈ, ਕਿਉਂਕਿ ਸ਼ੈਲਰ ਵਾਲਿਆਂ ਨੇ ਕਹਿਤਾ ਕਿ ਜੀ ਸਾਨੂੰ ਦੇਖੋ ਜੀ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਹੁੰਦੀਆਂ, ਅੱਜ ਜੇ ਇਹਨਾਂ ਨੇ ਪੀ ਆਰ 126 ਝੋਨੇ ਦੀ ਸ਼ੈਲਿੰਗ ਕਰਕੇ ਜੀ ਅੱਜ ਉਹਦਾ ਰਿਜ਼ਲਟ ਦਿੰਦੇ ਆ ਕਿ ਬਿਲਕੁਲ ਸ਼ੈਲਰ ਵਾਲੇ ਗਲਤ ਬੋਲਦੇ ਆ, 67 ਕਿਲੋ ਹੀ ਯੀਲਡ ਆ ਰਿਹਾ ਹੈ, ਅੱਜ ਕਿਹਾ ਨਾ, ਹੁਣ ਕਹਿ ਰਿਹਾ ਕੱਲ੍ਹ ਪਰਸੋਂ ਦੇ, ਕੀ ਜਿੱਦਾਂ ਦੇ ਸ਼ੈਲਰਾਂ ਵਾਲੇ ਰੌਲਾ ਪਾਉਣ ਲੱਗੇ ਸੀਗੇ ਕਿ ਇਹਦਾ 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 ਝਾੜ ਘੱਟ ਆ ਰਿਹਾ ਜੀ, ਚੌਲ ਘੱਟ ਨਿਕਲਦਾ ਜੀ, ਸਾਨੂੰ 62 ਕਿਲੋ ਕਰਾਓ, ਸਾਨੂੰ 61 ਕਿਲੋ ਕਰਾਓ, ਸਾਨੂੰ 60 ਕਿਲੋ ਕਰਵਾਓ, ਇਹ ਰੌਲਾ ਪੈ ਰਿਹਾ ਸੀ ਨਾ ਜੀ ਜੀ, ਉਦੋਂ ਦਾ ਇਹ ਕੰਮ ਉਦੋਂ ਦਾ ਕਰ ਦਿੰਦੇ, ਅਗਰ ਇਹ ਕੰਮ ਉਦੋਂ ਦਾ ਹੋ ਜਾਂਦਾ ਤਾਂ ਕਲੀਅਰ ਹੋ ਜਾਂਦਾ ਨਾ, ਇਹ ਤਾਂ ਸਰਕਾਰ ਦਾ ਕੰਮ ਸੀ ਜੀ ਕਿ ਭਾਈ ਟੈਸਟ ਕਰਵਾਓ ਕਿੰਨਾ ਕਿੰਨਾ ਘਾਟਾ ਪੈਂਦਾ, ਉਹ ਹੁਣ ਜੇ ਕਰਵਾਇਆ ਜੀ, ਨਹੀਂ ਨਾ ਕਰਵਾਇਆ ਤਾਂ ਕਿਉਂ ਨਹੀਂ ਕਰਵਾਇਆ? ਇਹਦੇ ਮਗਰ ਕਾਰਨ ਹੈ ਕਿ ਸ਼ੈਲਰਾਂ ਵਾਲੇ ਨੇ ਜਿਹੜੇ ਜਾਂ ਆੜਤੀਆ ਵਰਗ ਆ ਜਿਹੜਾ, ਉਹ ਇੱਕ ਇਨਡਾਇਰੈਕਟ ਢੰਗ ਦੇ ਨਾਲ ਕਿਸਾਨ ਦੀ ਲੁੱਟ ਕਰ ਰਹੇ ਨੇ ਜੀ, ਔਰ ਮਾਰਕੀਟ ਕਮੇਟੀਆਂ ਉਹਦੇ ਵਿੱਚ ਮਿਲੀਆਂ ਹੋਈਆਂ ਨੇ। ਕੱਲ੍ਹ ਪਰਸੋਂ ਇੱਕ ਮਲੋਟ ਤੋਂ ਆੜਤੀਆ ਬੋਲ ਰਿਹਾ ਮੇਰੇ ਕੋਲ, ਮੈਨੂੰ ਫੋਨ 'ਤੇ ਕਿਹਾ ਉਹਨੇ, ਉਹਦੀ ਮੇਰੇ ਕੋਲ ਜਿਹੜੀ ਆਵਾਜ਼ ਹੈ ਜੀ, ਉਹ ਇੱਕ ਮੇਰੀ ਵੀਡੀਓ 'ਚ ਵੀ ਉਹਦੀ ਰਿਕਾਰਡ ਕੀਤੀ ਵੀ ਹੈ ਜੀ, ਉਹਦੇ 'ਚ ਉਹ ਕਹਿ ਰਿਹਾ ਕਿ ਸਾਨੂੰ ਉੱਪਰੋਂ ਅਧਿਕਾਰੀ ਕਹਿੰਦੇ ਆ ਬਈ ਕੱਟ ਲੱਗੂਗਾ, ਨਾਲ ਇਹ ਕਿਹਾ ਵੀ ਕਿਸਾਨਾਂ ਨੂੰ ਟਿਕਾ ਕੇ ਰੱਖੋ, ਰੌਲਾ ਨਾ ਪੈਣ ਦਿਓ। ਨਾਲ ਮੈਂ ਪੁੱਛਿਆ ਵੀ ਅਧਿਕਾਰੀ ਕੌਣ ਹੈ, ਉਹਨੇ ਕਲੀਅਰ ਕੱਟ ਕਿਹਾ ਕਿ ਸੁਪਰਵਾਈਜ਼ਰ ਹੈ ਮੰਡੀ ਬੋਰਡ ਦਾ ਅਤੇ ਖਰੀਦ ਏਜੰਸੀ ਦਾ ਇੰਸਪੈਕਟਰ ਹੈ। ਅੱਛਾ ਜੀ, ਉਹਨੇ ਕਲੀਅਰ ਬੋਲਿਆ ਵਿੱਚ, ਜੇਕਰ ਖਰੀਦ ਏਜੰਸੀ ਕਿਹਦੀ ਹੈ? ਭਗਵੰਤ ਮਾਨ ਦੀ ਜੀ। ਮਾਰਕੀਟ ਕਮੇਟੀ ਦਾ ਜਿਹੜਾ ਸੁਪਰਵਾਈਜ਼ਰ ਕਿਹਦਾ ਹੈ? ਭਗਵੰਤ ਮਾਨ ਦਾ ਜੀ। ਯਾਰ ਇਹ ਤੇਰੇ ਦੋ ਨੇ, ਇਹਨਾਂ ਦੋਹਾਂ ਨੂੰ ਤੁਸੀਂ ਸਖਤੀ ਨਾਲ ਹਦਾਇਤ ਨਹੀਂ ਕਰਦੇ ਕਿ ਖਬਰਦਾਰ ਜੇ ਕਿਸੇ ਨੇ ਕੀਤਾ ਤਾਂ? ਇਹਦਾ ਮਤਲਬ ਇਹ ਨਿਕਲਦਾ ਹੈ ਕਿ ਇਨਡਾਇਰੈਕਟ ਢੰਗ ਦੇ ਨਾਲ ਸ਼ੈਲਰਾਂ ਵਾਲੇ ਜਿਹੜੇ ਇਹਨਾਂ ਨੂੰ ਚੋਣਾਂ 'ਚ ਵੱਡੇ ਵੱਡੇ ਫੰਡ ਦਿੰਦੇ ਨੇ, ਆੜਤੀਆਂ ਵੱਡੀਆਂ ਵੱਡੀਆਂ ਫੰਡਾਂ ਦਿੰਦੇ ਨੇ,
ਉਹਨਾਂ ਫੰਡਾਂ ਦੇ ਕਾਣ ਚ ਜਿਵੇਂ ਇੱਕ ਕਹਾਵਤ ਹੈ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ ਇਹ ਉਹ ਗੱਲ ਹੋ ਰਹੀ ਹੈ ਸਾਡੇ ਕਿਸਾਨਾਂ ਨਾਲ ਜਿਨ੍ਹਾਂ ਨੇ ਵੱਡੇ ਫੰਡਾਂ ਦੀਆਂ ਸਪੋਰਟ ਦਿੱਤੀਆਂ ਇਹਨਾਂ ਨੂੰ ਇਲੈਕਸ਼ਨਾਂ ਚ ਅੱਜ ਉਹਨਾਂ ਦੀਆਂ ਪੂਰਤੀਆਂ ਕੀਤੀਆਂ ਜਾ ਰਹੀਆਂ ਨੇ ਔਰ ਕਿਸਾਨ ਮਤਲਬ ਲੁਟਾਇਆ ਜਾ ਰਿਹਾ ਇਹ ਇੱਕ ਹੋਰ ਜਿੱਦਾਂ ਨਾ ਮਤਲਬ ਤੁਸੀਂ ਕਿਸਾਨ ਜਿਹੜੇ ਆ ਸਾਰੇ ਤੁਹਾਡੀ ਜਥੇਬੰਦੀ ਖਾਸ ਕਰਕੇ ਮਾਲਵੇ ਇਲਾਕੇ ਜਾਂ ਜਿਹੜੀ ਵੱਧ ਦਿਸ ਰਹੀ ਹੈ ਕਿਸਾਨਾਂ ਦੇ ਹੱਕਾਂ ਨੂੰ ਪ੍ਰਦਰਸ਼ਨ ਕਰਦੀ ਤੁਸੀਂ ਪੰਜਾਬ ਸਰਕਾਰ ਦੇ ਅਗੇਂਸਟ ਪ੍ਰਦਰਸ਼ਨ ਕਰ ਰਹੇ ਹੋ ਧਰਨੇ ਲਾ ਰਹੇ ਹੋ ਸੜਕਾਂ ਰੋਕ ਰਹੇ ਹੋ ਭਾਈ ਸਾਡਾ ਝੋਨਾ ਸਾਂਭ ਲਓ ਉਹ ਅੱਜ ਪੰਜਾਬ ਸਰਕਾਰ ਵਾਲੇ ਬੀਜੇਪੀ ਦੇ ਖਿਲਾਫ ਧਰਨਾ ਲਾ ਰਹੇ ਆ ਭਾਈ ਸਾਡਾ ਸਾਡੇ ਪੰਜਾਬ ਦਾ ਝੋਨਾ ਸਾਂਭ ਲਓ ਮਤਲਬ ਇਹ ਤਾਂ ਬੜੀ ਅਜੀਬ ਜਿਹੀ ਗੱਲ ਆ ਨਾ ਉਹ ਗਾਂਹ ਸੋ ਪੁੱਛ ਕਾਂ ਬੀਜੇਪੀ ਵਾਲੇ ਕਿਸੇ ਹੋਰ ਤੇ ਧਰਨਾ ਲਾ ਦੇਣਗੇ ਭਾਈ ਸਾਡਾ ਵੀ ਸਾਂਭ ਲਓ ਮਤਲਬ ਸਾਂਭੂ ਕੌਣ ਇਹਦਾ ਹੱਲ ਕੀ ਹੋਊ ਸਵਾਲ ਇਹ ਹੈ ਕਿ ਆਪਦੀ ਜ਼ਿੰਮੇਵਾਰੀ ਤੋਂ ਭੱਜਣਾ ਇਹ ਪੰਜਾਬ ਸਰਕਾਰ अगर भला हर वारी जे जे भला जिवें हुण कीती है केंद्र ने जी अगर केंद्र हर वारी ओ करन लापे फिर की होऊगा मान लो 2 साल होर ला दे होर क्यों कर देवे ते किधर रहेगा मतलब तुसीं तुसी पंजाब मनु बर्बाद कर दोगे पंजाब सरकार दी जिम्मेवारी बनदी सी इह कि जगह प्रोवाइड करवाउणी छिलरां वालिआं नूं जी जी छिलरां वाले छड्डो खरीद एजेंसी है पण सप इहनां दी है जी पण ग्रेन इहनां दी है मार्क फेड इहनां दी है ਉਹਨਾਂ ਏਜੰਸੀਆਂ ਨੂੰ ਕਹਿੰਦੇ ਵੀ ਝੋਨਾ ਖਰੀਦਿਆ ਨੇ ਜਿਹੜਾ ਟਰੱਕ ਭਰ ਭਰ ਕੇ ਟਰਾਲੀਆਂ ਭਰ ਭਰ ਕੇ ਨੂੰ ਫਲਾਣੇ ਥਾਂ ਜਾ ਕੇ ਸਟੈਗ ਲਾ ਦਿਓ ਜੀ ਮੰਡੀਆਂ ਵਿਹਲੀਆਂ ਕਰ ਦਿਓ ਫਟਾਫਟ ਜੱਟ ਆ ਕੇ ਝੋਨਾ ਮਤਲਬ ਸਿੱਟ ਲੈਣ ਤੇ ਦਵਾ ਦਵ ਚੱਕੀ ਤੁਰੇ ਆਓ ਜੀ ਇਹ ਪੰਜਾਬ ਸਰਕਾਰ ਕਰ ਸਕਦੀ ਸੀ ਕਿ ਨਹੀਂ ਕਰ ਸਕਦੀ ਸੀ ਜੇ ਇਹ ਨਹੀਂ ਕੀਤਾ ਤਾਂ ਫਿਰ ਪੰਜਾਬ ਸਰਕਾਰ ਦੇ ਅੱਜ ਬਾਕੀ ਸਾਰੇ ਰੋਣੇ ਆ ਜਿਹੜੇ ਇਹ ਮੈਂ ਕਹੂੰਗਾ ਇੱਕ ਕੇਵਲ ਡਰਾਮਾ ਹੈ एक मेरा होर सवाल है मान लो जिदा वैसे तुम इस गल की मान लो मेरे जिदा असं मंडिया किसानों कुछ थावान मिले हैं बंदे कोई कह रहे भी 20 साल बाद इस तरह होया जा पिछले 15-20 साल कद नहीं हो वे पद्धर से मतलब माड़ी मोटी करीर चलो 5-7 दिन थोड़ा बहुत उत्ते थले हों पर जिमें ऐदी ऐतकी पंजाब सरकार का फेलीयर है जिदा ऐतकी किसान जिन्ने तंग हो रहे हैं कदे नहीं होए मान लो जी ये आप भी समझते भी सियासी कितने कहते क्योंकि सेंटर च बीजेपी है पंजाब आप है चलो ऊँ तो ए बी टीम भी कई बंद कह देंगे खैर वो तंग कर रहे मान लो जी पंजाब नूं सेंटर तंग करना चाहुंदा आने वाले 5 साल लगातार वो इस तरह कर दे तो पंजाब के किसान जाणगे किधर झोने तो पंजाब के किसानों का जिहड़ा सुभाव बन गया भी आमदन वध हुंदी है मेहनत भी बड़ी है पर आमदन बाकी फसलों के बराबर जिहड़ी वध आ कोई सेंटर वध भा ला के पूरा जिहड़ा मतलब जायज भा ला के झोना चुक लैंदा बाकी राज्यों नूं झोना चाहिए जे 5-4 साल पंजाब का झोना ना चुकन जां 2 साल ही ना चुकन तो पंजाब का किसान की करूगा उन्होंने झोने नूं बीज के एक तो यह मेरा सवाल है एक दूजा भी जे बाकी राज्यों नूं झो पंजाब तो उन्होंने झोना खाते नहीं आप तो उन्ने चौल खाते ही नहीं आप ਵਿਆਹ ਸ਼ਾਦੀ ਤੇ ਮਾੜਾ ਮੋਟਾ ਗੈਸਟ ਆਈਟਮ ਰੱਖਦੇ ਆ ਵੀ ਚਲ ਚੌਲ ਬਣਾ ਲਓ ਵੀ ਫਲਾਣਾ ਆਇਆ ਪਰ ਜਿਹੜੇ ਯੂਪੀ ਵਾਲੇ ਬਿਹਾਰ ਵਾਲੇ ਉੱਤਰਾਖੰਡ ਵਾਲੇ ਖਾਂਦੇ ਹੀ ਚੌਲ ਹੈ ਕਿ ਉਹਨਾਂ ਦੇ ਚੌਲ ਬਿਨਾਂ ਪੰਜਾਬ ਤੋਂ ਵੀ ਉਹਨਾਂ ਨੂੰ ਇੰਨੇ ਕੁ ਵੱਲੋਂ ਚੌਲ ਭਾਰਤ ਪੈਦਾ ਕਰਨ ਜੋਗਾ ਹੋ ਗਿਆ ਵੀ ਪੰਜਾਬ ਦਾ ਚੌਲ ਉਹ ਨਾ ਵੀ ਚੁੱਕਣ ਤੇ ਭਾਰਤ ਦਾ ਸਰਦਾ ਇਹਦੇ ਮਤਲਬ ਕੀ ਕੱਢੀਏ ਦੇਖੋ ਤੁਸੀਂ ਇੱਕ ਬਿਆਨ ਸੁਣਿਆ ਹੋਵੇਗਾ ਮੇਰਾ ਖਿਆਲ ਹੈ ਸਾਡੇ ਮੁੱਖ ਮੰਤਰੀ ਜੀ ਨੇ ਕਿਹਾ ਸੀ ਬੜੀ ਬੜਾ ਜ਼ੁਰਤ ਨਾਲ ਜੀ ਕਹਿੰਦਾ ਇਉਂ ਕਰਨਗੇ ਤਾਂ ਅਸੀਂ ਦੇਣਾ ਹੀ ਨਹੀਂ ਅਗਲੀ ਵਾਰ ਤੋਂ ਹਾਂ ਕਿਹਾ ਸੀਗਾ ਕਿਹਾ ਸੀ ਨਾ ਪਿਛਲੇ ਸਾਲ ਕਿਹਾ ਸੀ ਕਿਹਾ ਸੀ ਨਾ ਪਿਛਲੀ ਵਾਰੀ ਜੀ ਮੈਂ ਕਹਿੰਦਾ ਵੀ ਜੇ ਹੁਣ ਐਤਕੀ ਉਵੇਂ ਕੀਤਾ ਫਿਰ ਨਾ ਦੇ ਉਹ ਜਿਹੜਾ ਤੇਰਾ ਦਬਕਾ ਸੀ ਉਹ ਅੱਜ ਵਰਤ ਵਰਤਣਾ ਚਾਹੀਦਾ ਨਾ ਸਹੀ ਸੋ ਮੈਂ ਜਿਹੜੀ ਤੁਸੀਂ ਗੱਲ ਕਰੀ ਹੈ ਪਹਿਲੀ ਤਾਂ ਗੱਲ ਹੈ ਕਿ ਦੇਸ਼ ਦੇ ਅੰਦਰ ਹਜੇ ਅਨਾਜ ਇੰਨਾ ਨਹੀਂ ਹੋਇਆ ਕਿ ਇਹ ਇਹਨੂੰ ਇਉਂ ਕੀਤਾ ਜਾ ਸਕੇ ਵੀ ਇਹ ਮਤਲਬ ਸਰਪਲਸ ਹੋ ਗਿਆ ਤੇ ਤਾਂ ਰੁਲ ਰਿਹਾ ਹੈ ਵੀ ਇਹ ਸਰਕਾਰਾਂ ਕੋਲ ਇਹਨੂੰ ਲੋੜ ਨਹੀਂ ਹੈ ਇਹ ਨਹੀਂ ਹੈ ਹਕੀਕਤ ਗੱਲ ਇਹ ਹੈ ਕਿ ਕਿਸਾਨ ਨੂੰ ਉਹਨਾਂ ਨੇ ਅਹਿਸਾਸ ਕਰਵਾਉਣਾ ਹੈ ਕਿ ਤੂੰ ਰੇਟ ਮੰਗਦਾ ਤੂੰ ਇਹ ਕਹਿ ਵੀ ਮੇਰਾ ਚੱਕ ਲਓ ਮਿਹਨਤ ਕਰੋ ਵੀ ਜਿਹੜੇ ਮਰਜ਼ੀ ਭਾਅ ਤੇ ਚੱਕ ਲਓ ਇਹ ਅਹਿਸਾਸ ਕਰਵਾਇਆ ਜਾ ਰਿਹਾ ਕਿਸਾਨ ਨੂੰ ਇਹ ਕਰਵਾਇਆ ਜਾ ਰਿਹਾ ਸਾਡੀ ਸਰਕਾਰ ਦੇ ਕਰ ਕਰਕੇ ਕਿਸ ਜੇਕਰ ਅਡਾਨੀ ਆਪਦਾ ਚੌਲ ਆ ਬਾਹਰਲੇ ਮੁਲਕਾਂ 'ਚ ਭੇਜ ਸਕਦਾ ਹੈ ਜੀ ਕੀ ਪੰਜਾਬ ਸਰਕਾਰ ਕੰਪਨੀ ਬਣਾ ਕੇ ਇੱਥੇ ਸ਼ੈਲਿੰਗ ਕਰਕੇ ਤੇ ਸਿੱਧਾ ਬਾਹਰ ਹੀ ਚੌਲ ਭੇਜ ਸਕਦੀ ਜੀ ਕਿੜਕਾ ਜੀ ਪੰਜਾਬ ਸਰਕਾਰ ਨੂੰ ਹਕੀਕਤ ਇਹ ਹੈ ਕਿ ਇਹ ਪੰਜਾਬ ਸਰਕਾਰ ਨੂੰ ਜਿਹੜਾ ਇੱਥੇ ਜਿਹੜਾ ਅਮਲਾ ਫੈਲਾ ਇਕੱਠਾ ਹੋਇਆ ਹੈ ਇਹਨਾਂ ਨੂੰ ਨਾ ਤਾਂ ਨੀਤੀਆਂ ਦਾ ਪਤਾ ਹੈ ਨਾ ਪਾਲਿਸੀਆਂ ਦਾ ਪਤਾ ਹੈ ਨਾ ਇਹਨਾਂ ਨੂੰ ਇਹ ਪਤਾ ਵੀ ਅਸੀਂ ਕਿਸਾਨ ਨੂੰ ਬਚਾਉਣਾ ਕਿਵੇਂ ਹੈ ਆਪਦੇ ਲੋਕਾਂ ਨੂੰ ਬਚਾਉਣਾ ਕਿਵੇਂ ਇਹਨਾਂ ਨੂੰ ਕਿਸੇ ਗੱਲ ਦਾ ਨਹੀਂ ਪਤਾ ਔਰ ਨਾ ਹੀ ਸੀਰੀਅਸਨੈਸ ਹੈ ਜੇ ਬੰਦੇ ਦਾ ਸੀਰੀਅਸਨੈਸ ਹੋਵੇ ਨਾ ਫਿਰ ਉਹ ਐਕਸਪਰਟਾਂ ਨਾਲ ਗੱਲ ਕਰ ਲੈਂਦਾ ਹੈ ਅਫਸਰ ਸ਼ਾਹੀ ਚੰਗੇ ਅਫਸਰ ਮਿਲ ਜਾਂਦੇ ਨੇ ਸਾਰੇ ਅਫਸਰ ਮਾੜੇ ਨਹੀਂ ਹੁੰਦੇ ਜੀ 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 ਚੰਗੇ ਰਾਏ ਦੇਣ ਵਾਲੇ ਵੀ ਹੁੰਦੇ ਨੇ ਜਿਹੜੇ ਕਹਿ ਦਿੰਦੇ ਆ ਵੀ ਭਾਈ ਐਂ ਕਰਕੇ ਆਪਾਂ ਪੰਜਾਬ ਬਚਾ ਸਕਦੇ ਪੰਜਾਬ ਪ੍ਰਸਤ ਲੋਕ ਹੈਗੇ ਨੇ ਜੀ
ਅਫਸਰਾਂ 'ਚ ਵੀ ਹੈਗੇ ਨੇ, ਮਹਾਰਾਜ ਵੀ ਹੈਗੇ ਨੇ ਪੰਜਾਬ ਪ੍ਰਸਤ, ਅਗਰ ਉਹਨਾਂ ਦੀ ਰਾਏ ਲੈ ਕੇ ਪੰਜਾਬ ਨੂੰ ਬਚਾਉਣ ਵਾਸਤੇ ਉਪਰਾਲਾ ਪੰਜਾਬ ਸਰਕਾਰ ਕਰ ਸਕਦੀ ਹੈ ਜੀ, ਔਰ ਇਹਨੂੰ ਕਰਨਾ ਪੈਣਾ। ਇਹ ਇਹ ਤੁਸੀਂ ਪੰਜਾਬ ਨੂੰ ਨਹੀਂ ਤਾਂ ਜੇ ਇਸੇ ਤਰ੍ਹਾਂ ਹੋਇਆ ਤਾਂ ਪੰਜਾਬ ਬਰਬਾਦ ਹੋ ਜਾਏਗਾ। ਔਰ ਇਹ ਗੱਲ ਕਲੀਅਰ ਹੈ ਕਿ ਜਿੱਦੇ ਪੰਜਾਬ ਦੇ ਕਿਸਾਨ ਨੇ ਅੱਜ ਇਹਨਾਂ ਨੂੰ ਨਾ ਪਤਾ ਹੈ ਵੀ ਜਿੰਨਾ ਮਰਜ਼ੀ ਤੰਗ ਕਰ ਲਈਏ ਕਿਸਾਨ ਨੂੰ, ਇਹ ਝੋਨਾ ਲਾਉਣਾ ਬੰਦ ਨਹੀਂ ਕਰ ਸਕਦਾ, ਕਣਕ ਬੀਜਣੀ ਬੰਦ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਕਿਸਾਨ ਕਰਜ਼ਾਈ ਇੰਨਾ ਹੋ ਗਿਆ ਹੈ, ਕਿਸਾਨ ਨੂੰ ਇਹ ਲੱਗਦਾ ਹੈ ਕਿ ਜੇ ਮੇਰਾ ਫਸਲ ਘਟ ਗਈ ਤਾਂ ਮੇਰੀ ਲਿਮਿਟ ਨਹੀਂ ਘੁੰਮਣੀ, ਮੈਨੂੰ ਆੜ੍ਹਤੀਏ ਨੇ ਦੋ ਪੈਸੇ ਨਹੀਂ ਦੇਣੇ। ਸਹੀ, ਉਹ ਲਿਮਿਟ ਘੁੰਮਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੂੰ ਪਤਾ ਹੈ, ਪੋਲੀਟੀਸ਼ੀਅਨਾਂ ਨੂੰ ਪਤਾ ਹੈ, ਬਿਊਰੋਕਰੇਟਸ ਨੂੰ ਪਤਾ ਹੈ ਕਿ ਕਿਸਾਨ ਅੱਜ ਪੂਰੀ ਤਰ੍ਹਾਂ ਚੱਕਰ 'ਚ ਫਸ ਗਿਆ, ਸਾਡੇ ਘੇਰੇ 'ਚ ਫਸ ਗਿਆ, ਇਸ ਮੱਕੜ ਜਾਲ 'ਚ ਫਸ ਗਿਆ। ਇਹ ਅਨਾਜ ਪੈਦਾ ਕਰੇਗਾ ਹੀ ਕਰੇਗਾ, ਇਹਨੂੰ ਜਿੰਨਾ ਮਰਜ਼ੀ ਖੱਜਲ ਖੁਆਰ ਕਰ ਲਓ। ਸਮਝ ਆਈ ਗੱਲ ਦੀ? ਜੀ, ਇੱਕ ਲੰਬੀ ਚਾਲ ਨਾਲ ਜਸਵੀਰ ਜੀ ਕਿਤੇ ਫਿਰ ਇੰਟਰਵਿਊ 'ਚ ਗੱਲਾਂ ਕਰਾਂਗੇ ਜੀ, ਕਿ ਲੰਬੀ ਕਿੰਨੀ ਲੰਬੀ ਚਾਲ ਚੱਲ ਕੇ ਇਹਨੂੰ ਇਸ ਮੱਕੜ ਜਾਲ 'ਚ ਫਸਾਇਆ ਹੈ। ਅਨਾਜ ਪੈਦਾ ਕਰਨਾ ਕਿਸਾਨ ਦੀ ਲੋੜ ਨਹੀਂ ਸੀ, ਮੈਂ ਪਹਿਲਾਂ ਹੀ ਗੱਲ ਕੀਤੀ ਹੈ। ਜੀ, ਚੌਲ ਤਾਂ ਕਿਸਾਨ 15 ਕਿਲੋ ਨਹੀਂ ਖਾਂਦਾ, ਕਣਕ ਕਿਸਾਨ 15 ਮਨ ਨਹੀਂ ਖਾਂਦਾ ਜੀ, ਬਾਕੀ ਤਾਂ ਸਾਰੀ ਮਤਲਬ ਦੇਸ਼ ਨੂੰ ਦਿੰਦਾ ਹੈ ਨਾ, ਇਹਨੂੰ ਤਾਂ ਲੋੜ ਹੀ ਕਿੰਨੀ ਕੁ ਹੈ ਜੀ। ਔਰ ਇੰਨੀ ਕੁ ਲੋੜ ਵਾਲੇ ਨੂੰ ਇੰਨਾ ਅਨਾਜ ਉਹਦੇ ਕੋਲੋਂ ਪੈਦਾ ਕਰਵਾ ਦੇਣਾ, ਤੇ ਤੁਹਾਡੇ ਯਾਦ ਹੋਏਗਾ ਇੱਕ ਟਾਈਮ ਸੀਗਾ ਜੀ, ਇਹਨਾਂ ਨੇ ਆਪਦੇ ਗ੍ਰਾਮ ਸੇਵਕਾਂ ਦੇ ਰਾਹੀਂ ਆਪਣੇ ਖੇਤਾਂ ਦੇ ਵਿੱਚ ਰੇਹ ਪਵਾ ਪਵਾ ਕੇ ਲੋਕਾਂ ਨੂੰ ਖਾਦ ਪਾਉਣ ਸਪਰੇਆਂ ਕਰਨ ਲਾਇਆ ਹੈ ਜੀ, ਔਰ ਉਹਦੇ ਨਾਲ ਜਦੋਂ ਰਸਾਇਣਿਕ ਖੇਤੀ ਵੱਲ ਨੂੰ ਕਿਸਾਨ ਮੂਵ ਕਰ ਗਿਆ, ਉਹਦੇ ਨਾਲ ਲਾਗਤ ਖਰਚੇ ਵਧੇ ਜੀ, ਜਦੋਂ ਲਾਗਤ ਖਰਚੇ ਵਧੇ ਉਹਦੇ ਨਾਲ ਕਿਸਾਨ ਸਿਰ ਕਰਜ਼ਾ ਚੜ੍ਹਨਾ ਸੁਭਾਵਿਕ ਸੀ, ਔਰ ਉਹ ਕਰਜ਼ਾ ਚੜ੍ਹਾ ਕੇ ਅੱਜ ਕਿਸਾਨ ਨੂੰ ਐਸੇ ਚੱਕਰ ਵਿਊ 'ਚ ਫਸਾਤਾ, ਉਹ ਉਹਦੇ 'ਚੋਂ ਬਾਹਰ ਨਹੀਂ ਨਿਕਲ ਸਕਦਾ। ਕਰਜ਼ਾ ਉਹਨੂੰ ਫਸਲ ਘੱਟ ਨਹੀਂ ਪੈਦਾ ਕਰਨ ਦਿੰਦਾ, ਔਰ ਫਸਲ ਪੂਰੀ ਪੈਦਾ ਕਰ ਦਿੰਦਾ, ਫਿਰ ਭਾਅ ਅਗਲੇ ਨਹੀਂ ਦਿੰਦੇ, ਉਹਦੇ 'ਚ ਕਿਸਾਨ ਵਿਚਾਰਾ ਵਾਰ ਵਾਰ ਮਤਲਬ ਪਿੱਸੀ ਜਾ ਰਿਹਾ। ਇੱਕ ਤੁਹਾਡੀ ਇਹਦੀ ਗੱਲ ਜੁੜੇ, ਜਿੱਦਾਂ ਤੁਸੀਂ ਕਿਹਾ ਵੀ ਰਸਾਇਣਿਕ ਖੇਤੀ ਕਰਨ ਲੋਕਾਂ ਨੂੰ ਲਾਤਾ ਪੰਜਾਬ ਦੇ, ਕੋਈ ਕੌਣ ਨਹੀਂ ਚਾਹੁੰਦਾ ਮੇਰੇ, ਅਸੀਂ ਸਾਡਾ ਕੰਮ ਆ, ਅਸੀਂ ਵੀ ਚਾਹੁੰਦੇ ਸਾਨੂੰ ਕਮਾਈ ਹੋਵੇ। ਕਈ ਵਾਰੀ ਸਾਡਾ ਮੀਡੀਆ ਸਾਡੇ ਨਾਲ ਦੇ ਹੋਰ ਸੱਜਣ ਮਿੱਤਰ ਨੂੰ ਇਸ ਤਰ੍ਹਾਂ ਦੀਆਂ ਇੰਟਰਵਿਊ ਇਸ ਤਰ੍ਹਾਂ ਦੇ ਕੰਮ ਵੀ ਕਰ ਲੈਂਦੇ ਆ ਜਿਹਨਾਂ 'ਚ ਉਹਨਾਂ ਨੂੰ ਪਤਾ ਵੀ ਲੋਕ ਗਾਲਾਂ ਕੱਢਣਗੇ, ਪਰ ਚਲੋ ਵੇਖ ਵੱਧ ਲੈਣਗੇ, ਕਮਾਈ ਹੋ ਜੂਗੀ। ਅਤੇ ਜਿਹੜੇ ਕਿਸਾਨ ਹੁਣ ਰੇਹਾਂ ਸਪਰੇਆਂ ਲੋੜ ਤੋਂ ਵੱਧ ਵੀ ਵੱਧ ਫਸਲ ਹੋ ਜੇ ਜ਼ਹਿਰ ਪਾ ਕੇ ਪੈਦਾ ਕਰ ਰਹੇ ਆ, ਲੋਕ ਗਾਲਾਂ 'ਤੇ ਕੱਢ ਰਹੇ ਆ, ਖੈਰ ਉਹ ਮਜਬੂਰੀ 'ਚ ਆਪ ਵੀ ਉਹੀ ਖਾ ਰਹੇ ਆ। ਮਤਲਬ ਜੇ ਮੰਨ ਲਓ ਆਉਣ ਵਾਲੇ ਸਮੇਂ 'ਚ ਕਿਤੇ ਇਹੀ ਸਰਕਾਰ ਸੈਂਟਰ ਸਰਕਾਰ ਪੋਲਿਸੀ ਕਰ ਦੇਵੇ ਜੀ, ਤੁਹਾਡੀ ਕੁਆਲਿਟੀ ਵੇਖੋ, ਤੁਹਾਡੀ ਕੁਆਲਿਟੀ ਤਾਂ ਇੰਨੀ ਮਾੜੀ, ਦੇਖੋ ਜਾ ਕੇ ਜਿਹੜਾ ਹੈਗਾ ਸਾਊਥ ਵਾਲੀਆਂ ਇੰਨੀਆਂ ਸੋਹਣੀਆਂ ਫਸਲਾਂ ਨੇ, ਪੰਜਾਬ ਦੇ ਬਹੁਤ ਸਾਰੇ ਜਿਹੜੇ ਅਮੀਰ ਕਿਸਾਨ ਨੇ ਅਮੀਰ ਲੋਕ ਆ ਉਹ ਤਾਂ ਰਾਜਸਥਾਨ ਵਾਲੀ ਕਣਕ ਖਾ ਰਹੇ ਆ, ਤੁਹਾਡੀ ਇੱਡੀ ਮਾੜੀ ਕਣਕ, ਤੁਹਾਡਾ ਇੰਨਾ ਮਾੜਾ ਝੋਨਾ ਅਸੀਂ ਨਹੀਂ ਚੁੱਕਦੇ, ਫਿਰ ਪੰਜਾਬ ਦੇ ਬੰਦੇ ਜਾਣਗੇ ਕਿੱਧਰ ਨੂੰ? ਦੇਖੋ ਮੈਂ ਇਹਦੂ ਵੀ ਗਾਹਾਂ, ਮੈਂ ਇਹਦੇ ਨੂੰ ਪਾਸੇ ਰੱਖ ਕੇ ਹੋਰ ਗੱਲ ਕਰਨੀ ਚਾਹਾਂਗਾ। ਇਹ ਤਾਂ ਜਦੋਂ ਮਰਜ਼ੀ ਕਰ ਦੇਣ ਉਹ, ਇੱਕ ਹੋਰ ਤਰੀਕ ਗੱਲ ਹੈ ਜੀ, ਅੱਜ ਦੇਸ਼ ਦਾ ਕਿਸਾਨ, ਇਕੱਲੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਕਿਸਾਨ ਜੀ, ਕੰਪਨੀਆਂ ਦਾ ਗੁਲਾਮ ਹੋ ਗਿਆ। ਅੱਜ ਹੁਣ DAP ਨਹੀਂ ਆ ਰਹੀ ਨਾ ਜੀ, ਕਿਸਾਨ ਅੱਬਾ ਤਰਾਸ ਤਰਾਸ ਕਰਦਾ ਫਿਰਦਾ ਹੈ, DAP ਮੱਲੇ ਨੂੰ ਭੇਜਿਆ ਫਿਰਦਾ। ਸਹੀ, ਜਿੱਦੇ ਯੂਰੀਆ ਦੀ ਲੋੜ ਹੋਈ ਉਦੋਂ ਯੂਰੀਆ ਨਹੀਂ ਆਉਣੀ। ਸਹੀ, ਇਹਦਾ ਮਤਲਬ DAP ਵਾਲੀ ਕੰਪਨੀ ਦਾ, ਯੂਰੀਆ ਵਾਲੀ ਕੰਪਨੀ ਦਾ ਕਿਸਾਨ ਗੁਲਾਮ ਹੋ ਗਿਆ। ਸਹੀ, ਜਿੱਦੇ ਖੇਤ ਦੇ ਵਿੱਚੋਂ ਗੁੱਲੀ ਡੰਡੇ ਵਾਲੀ ਸਪਰੇਅ ਦੀ ਲੋੜ ਪੈਣੀ ਹੈ, ਉਹਦੇ ਉਹ ਨਾ ਮਿਲੀ, ਫਿਰ ਉਹਦੇ ਮਗਰ ਭੱਜਣਾ ਜੀ, ਉੱਥੇ ਵੀ ਲੁੱਟ ਹੋਣੀ ਹੈ। ਕਿਸਾਨ ਨੂੰ ਇਨਡਾਇਰੈਕਟ ਢੰਗ ਨਾਲ, ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸੀ ਕਿ ਇੱਕ ਮੱਕੜ ਜਾਲ 'ਚ ਫਸਾ ਲਿਆ, ਇਹਨੂੰ ਜਿੱਥੋਂ ਮਰਜ਼ੀ ਕਾਬੂ ਕੀਤਾ ਜਾ ਸਕਦਾ ਹੈ ਜੀ। ਅਗਰ ਇਹਨੂੰ ਇੰਨਾ ਹੀ ਕਹਿ ਦੇਣ ਵੀ ਖਾਦ ਦੇਣੀ ਨਹੀਂ, ਸਹੀ, ਤਾਂ ਵੀ ਕਿਸਾਨੀ ਸਾਰੀ ਖਾਦ 'ਤੇ ਯੂਰੀਆ 'ਤੇ ਦੋਨੋਂ 'ਤੇ ਨਿਰਭਰ ਹੋ ਗਈ, ਇਸੇ 'ਤੇ ਨਿਰਭਰ ਹੋ ਗਿਆ। ਤੋ ਕਿਸਾਨ ਨੂੰ ਖੁਦ ਨੂੰ ਇੰਨਾ ਕਿ ਇੱਕ ਨਾ ਇੱਕ ਦਿਨ ਕਿਸਾਨ ਨੂੰ ਇਸ ਗੱਲ 'ਤੇ ਆਉਣਾ ਪਏਗਾ ਕਿ ਕਿਸਾਨ ਤਕੜਾ ਹੋ ਕੇ, ਇਹਦੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਜੀ। ਇੱਕ ਵਾਰੀ ਅਗਰ ਪੂਰੇ ਦੇਸ਼ ਦਾ ਕਿਸਾਨ ਇਹਨੂੰ ਸਾਡੇ ਕਿਸਾਨ ਨੂੰ ਹੌਲੀ ਹੌਲੀ ਸਮਝ ਆਏਗੀ ਜੀ, ਔਰ ਜੇ ਇਹ ਆ ਜੇ ਰੱਬ ਮਿਹਰ ਕਰੇ ਇੱਕੋ ਵਾਰੀ ਸਮਝ ਆ ਜੇ ਸਾਰੇ ਦੇਸ਼ ਦਾ ਕਿਸਾਨ, ਕਹੇ ਵੀ ਅਸੀਂ ਨਹੀਂ DAP ਪਾਉਣੀ, ਅਸੀਂ ਨਹੀਂ ਯੂਰੀਆ ਪਾਉਣੀ, ਅਸੀਂ ਨਹੀਂ ਕੋਈ ਸਪਰੇਅ ਕਰਨੀ ਜੀ, ਕੀ ਹੋਊਗਾ? ਝਾੜ ਘੱਟ ਜੂ, ਕਣਕ ਦਾ ਝਾੜ ਅੱਜ ਜੇ ਕਣਕ 55 ਮਨ ਨਿਕਲਦੀ ਤੇ 25 ਮਨ ਨਿਕਲ ਆਊਗੀ, 20 ਮਨ ਨਿਕਲ ਆਊਗੀ। ਤੇ ਜੇ ਕਰ ਅੱਜ 55 ਮਨ ਨਿਕਲੀ ਜਿਹੜੀ ਉਹ 2022 ਨੂੰ ਵਿਕੀ ਜੀ, ਠੀਕ ਹੈ, ਤਾਂ ਤੁਸੀਂ ਇਹ ਅੰਦਾਜ਼ਾ ਲਾ ਲਓ ਬਈ 5 × 20 = 22 ਕੁਇੰਟਲ, ਜੇ ਉਹ 2000 ਨੂੰ ਵਿਕੀ, 2200 ਨੂੰ ਵਿਕੀ ਜੀ, ਤਾਂ ਮੰਨ ਲਓ 44-45 ਹਜ਼ਾਰ ਦੀ, ਠੀਕ ਹੈ। ਜੇ ਇਹਦੇ ਬਜਾਏ ਜੀ ਕਿਸਾਨ ਬੀਜ ਲਵੇ ਬਗੈਰ ਰੇਹ ਸਪਰੇਅ ਤੋਂ ਜੀ,
ਝਾੜ 20 ਮਣ ਵੀ ਨਿਕਲਿਆ ਵੇ 20 ਮਣ ਦਾ ਝਾੜ 8 ਕੁਇੰਟਲ ਤਾਂ 8 ਕੁਇੰਟਲ ਵੀ ਜੇਕਰ ਉਹ ਆਰਗੈਨਿਕ ਬਣ ਗਈ ਜ਼ਹਿਰ ਮੁਕਤ ਹੋ ਗਈ ਉਹਦਾ ਰੇਟ 5000 ਹੈ ਅੱਜ ਲੋ ਆਮ ਲੋਕ ਬਾਹਰੋਂ 5000 ਨੂੰ ਮੰਗਾ ਕੇ ਖਾ ਰਹੇ ਨੇ ਸਹੀ ਸਹੀ ਤੇ ਜੇ ਉਹ 5000 ਨੂੰ ਰੇਟ ਵਟਿਆ ਜਾਵੇ ਉਹਦਾ ਤਾਂ ਇਹਦਾ ਮਤਲਬ ਉਹੀ 40000 ਕਿਸਾਨ ਦੀ ਜੇਬ 'ਚ ਹੈ ਸਹੀ ਤੋ ਕਿਸਾਨ ਨੂੰ ਆਪਣੇ ਆਪ ਨੂੰ ਅਗਰ ਇੱਧਰ ਨੂੰ ਕਿਸਾਨ ਮੁੜਦਾ ਹੈ ਤਾਂ ਤੁਸੀਂ ਇਹ ਅੰਦਾਜ਼ਾ ਲਾਇਓ ਕਿ ਥੋੜੇ ਚਿਰ 'ਚ ਹੀ ਜਦੋਂ ਅਨਾਜ ਡਿਮਾਂਡ ਐਂਡ ਸਪਲਾਈ ਵਾਲਾ ਇਹਦੀ ਗੇਮ ਜਦੋਂ ਕਿਸਾਨ ਖੇਡ ਗਿਆ ਸਹੀ ਉਸ ਵੇਲੇ ਆਪਣੇ ਆਪ ਸਰਕਾਰਾਂ ਨੂੰ ਕਿਸਾਨਾਂ ਨੂੰ ਪਹਿਲਾਂ ਦੀ ਤਰ੍ਹਾਂ ਤਰਲੇ ਕਰਕੇ ਮਿੰਤਾ ਕਰਕੇ ਕਹਿਣਾ ਪੈਣਾ ਵੀ DAP ਵੀ ਜਿੰਨੀ ਮਰਜ਼ੀ ਲਓ ਯੂਰੀਆ ਵੀ ਜਿੰਨੀ ਮਰਜ਼ੀ ਲਓ ਖਰੀਦਾਂਗੇ ਵੀ ਇਸ ਪਾਸੇ ਬੀਜੋ ਕਣਕ ਇਹ ਕਹਿਣਾ ਪੈਣਾ ਸਰਕਾਰ ਨੂੰ ਸਹੀ ਇਹ ਹਾਲਾਤ ਕਿਸਾਨ ਨੂੰ ਸਮਝਣੇ ਪੈਣਗੇ ਔਰ ਜਿੰਨਾ ਚਿਰ ਕਿਸਾਨ ਇਹਨਾਂ ਹਾਲਾਤਾਂ ਨੂੰ ਸਮਝ ਕੇ ਆਹ ਜਿਹੜੀ ਇਨਸਲਟ ਹੋ ਰਹੀ ਹੈ ਆਹ ਜਿਹੜੀ ਬੇਇੱਜ਼ਤੀ ਹੋ ਰਹੀ ਹੈ ਕਿਸਾਨ ਵਿਚਾਰਾ ਇਹ ਬੇਇੱਜ਼ਤੀ ਮਹਿਸੂਸ ਕਰਦਾ ਹੈ ਕਿ ਮੇਰੇ ਬਾਹਰ 'ਚ ਜੇ ਬੈਂਕ ਵਾਲਾ ਆ ਗਿਆ ਤਾਂ ਮੇਰੀ ਬੇਇੱਜ਼ਤੀ ਹੈ ਸੁਸਾਈਡ ਕਰ ਜਾਂਦਾ ਹੈ ਉਸ ਬੇਇੱਜ਼ਤੀ ਨਾਲ ਮੈਨੂੰ ਇਹ ਦੱਸੇ ਕਿਸਾਨ ਵੀ 20 ਦਿਨ ਹੋ ਗਏ ਅਗਲੇ ਕਹਿੰਦੇ ਨਹੀਂ ਖਰੀਦਦੇ ਠੇਡੇ ਮਾਰਦੇ ਆ ਤੁਹਾਨੂੰ ਮੰਡੀ ਦੇ ਵਿੱਚ ਬੈਠਿਆਂ ਨੂੰ ਇਹ ਕਹਿੰਦੇ ਆ ਕਿ 105 ਰੁਪਏ 110 ਰੁਪਏ ਕੱਟ ਦੇਣਾ ਹੈ ਤਾਂ ਲਾਈ ਨਹੀਂ ਤਾਂ ਲੈ ਜਾ ਜਿੱਥੇ ਮਰਜ਼ੀ ਇਹ ਕਿਹਾ ਜਾ ਰਿਹਾ ਹੈ ਸਹੀ ਉਹ ਬੇਇੱਜ਼ਤੀ ਛੋੜੀ ਹੈ ਸਹੀ ਉਹ ਤੋਂ ਵੱਡੀ ਬੇਇੱਜ਼ਤੀ ਹੈ ਸਹੀ ਤੋ ਇਸ ਬੇਇੱਜ਼ਤੀ ਦੇ ਚੱਕਰ 'ਚੋਂ ਕਿਸਾਨ ਨੂੰ ਬਾਹਰ ਨਿਕਲ ਕੇ ਅਗਰ ਕਿਸਾਨ ਕਿਤੇ ਇਹ ਕਹਿ ਦੇਵੇ ਕਿ ਮੈਂ ਤਾਂ ਯਾਰ ਇਹ ਨਹੀਂ ਨਾ ਖਾਦ ਪਾਉਣੀ ਆ ਨਾ ਸਪਰੇ ਕਰਨੀ ਕੁਛ ਨਹੀਂ ਕਰਨਾ ਜਿੰਨੀ ਹੋ ਗਈ ਉਨੀ ਪੈਦਾ ਕਰ ਲਾਂਗੇ ਤੇ ਮੈਂ ਦਾਅਵੇ ਨਾਲ ਗੱਲ ਕਰਦਾ ਸਰਕਾਰਾਂ ਦੀਆਂ ਕੀਸੀਆਂ ਕਰਾ ਦੇਣਗੇ ਲੋਕ ਜੀ ਜੀ ਤਾਂ ਇਹ ਸਨ ਜਗਜੀਤ ਸਿੰਘ ਜੀ ਡੱਲਿਆਲ ਅਸੀਂ ਹਾਲਾਂਕਿ ਕਿਸਾਨੀ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਜਿਹੜੀ ਗੱਲ ਅਸੀਂ ਸ਼ੁਰੂ ਜਿੱਥੋਂ ਹੋਏ ਸੀ ਪਰ ਜਾਂਦੇ ਜਾਂਦੇ ਜਿੱਥੇ ਪਹੁੰਚ ਗਏ ਅਤੇ ਬੜੀ ਵਿਸਥਾਰ 'ਚ ਗੱਲ ਕਰਨ ਦੀ ਲੋੜ ਆ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਇਹਨਾਂ ਦਿਨਾਂ 'ਚ ਇਹ ਵੀ ਬਹੁਤ ਰੁੱਝੇ ਹੋਏ ਨੇ ਮੰਡੀਆਂ ਦੇ ਵਿੱਚ ਲੋਕ ਇਹਨੂੰ ਉਡੀਕ ਰਹੇ ਨੇ ਪੰਜਾਬ ਦੇ ਕਿਸਾਨਾਂ ਦੇ ਕੋਲ ਬੇਸ਼ੱਕ ਪੰਜਾਬ ਦੇ ਵਿੱਚ 35-40 ਜਥੇਬੰਦੀਆਂ ਨੇ 15-20 ਤਾਂ ਬੜੀਆਂ ਨਾਮੀ ਜਥੇਬੰਦੀਆਂ ਨੇ ਪਰ ਗਿਣਤੀ ਦੀਆਂ ਇੱਕਾ ਦੁੱਕਾ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਜਗਜੀਤ ਸਿੰਘ ਡੱਲੇਵਾਲ ਜੀ ਜਿਹੜੇ ਨੇ ਉਹ ਆਗੂ ਹੈ ਜਿਹੜੇ ਸੱਚਮੁੱਚ ਜਿਹੜੇ ਹੈਗੇ ਪੰਜਾਬ ਹਿਤੈਸ਼ੀ ਆਗੂ ਨੇ ਜਿਹੜੇ ਚਲੋ ਇਹ ਮੂੰਹ 'ਤੇ ਉਸਤਤ ਨਹੀਂ ਕਰਨੀ ਚਾਹੀਦੀ ਅਸੀਂ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਇਹਨਾਂ ਨੂੰ ਬੜਾ ਨੇੜਿਓਂ ਵੇਖਿਆ ਜਿਨ੍ਹਾਂ ਨੇ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਵੀ ਕਦਰ ਕੀਤੀ ਔਰ ਗਰੀਬ ਕਿਸਾਨਾਂ ਦੀ ਭਾਵਨਾਵਾਂ ਦੀ ਵੀ ਕਦਰ ਕੀਤੀ ਔਰ ਜੇ ਬਹੁਤ ਜਿਹੜੇ ਜਿਨ੍ਹਾਂ ਕੋਲ ਹਜ਼ਾਰਾਂ ਏਕੜ ਕਮੀ ਜਿਹੜੀ ਜ਼ਮੀਨ ਆ ਉਹ ਵੀ ਇਹਨਾਂ ਨਾਲ ਜੁੜੇ ਹੋਏ ਨੇ ਪਰ ਉਹਨਾਂ ਨੂੰ ਵੀ ਅਹਿਸਾਸ ਕਰਾਇਆ ਜਾਂਦਾ ਵੀ ਤੁਸੀਂ ਜਿਹੜਾ ਹੈਗਾ ਉਹ ਘੱਟੋ ਘੱਟ ਸਾਰੇ ਬਰਾਬਰ ਔਰ ਹਰ ਕਿਰਤੀ ਬੰਦੇ ਦੀ ਕਦਰ ਔਰ ਕਿੱਦਾਂ ਸੈਂਟਰ ਦੀ ਜਿਹੜੀ ਹੈਗੀ ਆਪਾਂ ਉਹ ਮੁਕਾਬਲਾ ਕਰਨਾ ਵਿਰੋਧਤਾ ਕਰਨੀ ਹੈ ਕਿਹੜੇ ਹਾਲਾਤਾਂ 'ਚ ਕਰਨੀ ਇਹ ਬੜੀ ਕੀਮਤੀ ਗੱਲ ਆ ਵੀ ਜਿਹੜੀ ਸੈਂਟਰ ਸਰਕਾਰ ਕਦੇ ਜਿਹਨੇ ਕਿਹਾ ਸੀ ਵੀ ਅਟਲ ਆਪਣਾ ਲਾਲ ਬਹਾਦਰ ਸ਼ਾਸਤਰੀ ਵੇਲੇ ਵੀ ਗਮਲਿਆਂ ਦੇ ਵਿੱਚ ਵੀ ਫਸਲ ਉਗਾਓ ਕਿਉਂਕਿ ਉਸ ਵਕਤ ਭੁੱਖ ਨੰਗ ਪੈ ਰਹੀ ਸੀ ਇਸ ਮੁਲਕ ਦੇ ਵਿੱਚ ਅੱਜ ਇਸ ਮੁਲਕ ਦੇ ਹਾਲਾਤ ਬੇਸ਼ੱਕ ਬਾਹਰੀ ਤੌਰ 'ਤੇ ਸਿਆਸੀ ਤੌਰ 'ਤੇ ਕੁਛ ਹੋਰ ਹੋਣ ਦੇਖਣ ਨੂੰ ਜਿਹੜਾ ਹੈਗਾ ਇਸ ਮੁਲਕ ਦਾ ਜਿਹੜਾ ਰਾਜਾ ਹੈ ਉਹ ਥਾਪੀਆਂ ਮਾਰ ਰਿਹਾ ਹੋਵੇ ਪਰ ਅੰਦਰ ਖਾਤੇ ਹਾਲਾਤ ਫਿਰ ਵੀ ਉਹ ਬਣਦਿਆਂ ਕੋਈ ਬਹੁਤਾ ਸਮਾਂ ਨਹੀਂ ਲੱਗਣਾ ਕਿਉਂਕਿ ਕਿਸਾਨ ਦਾ ਸੰਬੰਧ ਜਿਹੜਾ ਕੁਦਰਤ ਦੇ ਨਾਲ ਹੈ ਔਰ ਅੰਨਦਾਤਾ ਉਸ ਤਰ੍ਹਾਂ ਹੀ ਨਹੀਂ ਕਿਹਾ ਜਾਂਦਾ ਇੱਕੋ ਇੱਕ ਕਿਰਤੀ ਇੱਕੋ ਇੱਕ ਕਿਰਤਾ ਇੱਕੋ ਇੱਕ ਜਿਹੜਾ ਹੈ ਉਹ ਵਿਅਕਤੀ ਹੈ ਉਹ ਜਿਹਨੂੰ ਅੰਨਦਾਤਾ ਕਿਹਾ ਜਾਂਦਾ ਅਤੇ ਅੰਨ ਦਾ ਜਿਹੜਾ ਦਾਤਾ ਹੈ ਉਹਦੇ ਨਾਲ ਸੈਂਟਰ ਸਰਕਾਰ ਨੂੰ ਜਾਂ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੂੰ ਜਾਂ ਸਰਕਾਰਾਂ ਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਮਹਿੰਗੀਆਂ ਪੈ ਸਕਦੀਆਂ ਨੇ ਇਹ ਮਹਿੰਗੀਆਂ ਪੈਣ ਦਾ ਮਤਲਬ ਇਹ ਨਹੀਂ ਹੈ ਵੀ ਕਿਤੇ ਇੱਕ ਦੂਜੇ ਨੂੰ ਮਾਰਨ ਵੱਢਣ ਲੱਗ ਪੈਣਗੇ ਇਹਦਾ ਮਤਲਬ ਇਹ ਹੈ ਵੀ ਜੇ ਤੁਸੀਂ ਅੰਨਦਾਤੇ ਦੀ ਬੇਕਦਰੀ ਕਰੋਗੇ ਤਾਂ ਜਿਹੜਾ ਅੰਨ ਆ ਉਹ ਲੋਕਾਂ ਦੀ ਬੇਕਦਰੀ ਜਿਹੜੀ ਹੈਗੀ ਹੈ ਜਾਂ ਇਸ ਤਰ੍ਹਾਂ ਦੀਆਂ ਪਾਲਿਸੀਆਂ ਦੀ ਜਿਹੜੀ ਬੇਕਦਰੀ ਆ ਉਹ ਕੁਦਰਤੀ ਜਿਹੜੀ ਕਰਨ ਹੋਣ ਲਾ ਦੂਗੀ ਹਾਂ ਪਰ ਇਹਦੇ 'ਚ ਸਾਰੇ ਕੁਛ ਦੇ ਵਿੱਚ ਇੱਕ ਬੜੀ ਗੰਭੀਰ ਗੱਲ ਆ ਵੀ ਪੰਜਾਬ ਦਾ ਉਹ ਕਿਸਾਨ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਖੁਦ ਜਿਹੜਾ ਹੈਗਾ 18 ਸਾਲ ਖੇਤੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਕੀਤੀ ਅਤੇ ਸਾਫ ਸੁਥਰੀ ਜਿਹੜੀ ਹੈ ਧਰਤੀ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੇ ਖੇਤਾਂ 'ਚ ਜਿਹਨਾਂ 'ਚੋਂ ਬਰਕਤ ਨਹੀਂ ਜਾ ਸਕਦੀ ਖੇਤੀ ਦਾ ਸਾਡੀ ਵਿਰਾਸਤ ਸੀ ਇਹ ਸਾਡਾ ਜਿਹੜਾ ਕਾਰੋਬਾਰ ਜਾਂ ਬਿਜ਼ਨਸ ਨਹੀਂ ਸੀ ਵਿਰਾਸਤ ਦੇ ਵਿੱਚੋਂ ਕਿਸਾਨਾਂ ਨੇ ਗੀਤ ਪੈਦਾ ਕੀਤੇ ਗੁਰਬਾਣੀ ਪੈਦਾ ਕੀਤੀ ਜਿਹੜਾ ਸੱਭਿਆਚਾਰ ਪੈਦਾ ਕੀਤਾ ਅੱਜ ਅਸਲ ਸੈਂਟਰ ਸਰਕਾਰ ਨੂੰ ਜਿਹੜਾ ਹੈਗਾ ਉਹ ਇਹਨਾਂ ਦੀ ਕਿਸਾਨੀ ਦਾ ਉਹ ਸਾਰਾ ਜਿਹੜਾ ਵਿਰਸਾ ਉਹ ਤੋਂ ਤਕਲੀਫ ਹੈ ਜਿਹੜਾ ਕਿਸਾਨ ਮੋਰਚਾ ਲੜਿਆ ਗਿਆ 2020-21-22 ਦੇ ਵਿੱਚ ਅਸਲ 'ਚ ਉਹਦੇ ਪਿੱਛੇ ਜਿਹੜੀ ਤਾਕਤ ਕੰਮ ਕਰਦੀ ਸੀ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਖੇਤਾਂ ਦੇ ਵਿੱਚ ਉੱਡ ਰਹੀ ਜਿਹੜੀ ਖੁਸ਼ਬੂ ਸੀ ਚੜ੍ਹਦੀ ਕਲਾ ਦਾ ਸੁਨੇਹਾ ਸੀ ਉਹਨਾਂ ਲੋਕਾਂ ਨੂੰ ਕਮਜ਼ੋਰ ਕਰਨ ਦੇ ਵਾਸਤੇ ਜਿਹੜਾ ਅੱਜ ਤੋਂ 40 ਸਾਲ ਪਹਿਲਾਂ 50 ਸਾਲ ਪਹਿਲਾਂ ਉਹ ਰਿਹਾ ਸਪਰੇਹਾਂ ਦੇ ਜਿਹੜੇ ਆ ਉਹ ਬੈਗ ਸਾਡੇ ਘਰਾਂ 'ਚ ਵਾੜੇ ਗਏ
दलियाल साहब ने बड़ी कमाल की गल की है, जे वो बैग साडिया जमीनों के गैब हो जाएंगे तो फसल तो पैदा होगी होगी, वो इस तो सोहनी वो अमृत रूपी फसल पैदा होगी। आओ नाल नाल दो दो चार चार कदम, जिंद को 10 किले वो 2 किले ही कुदरती खेती कर लग पे, जिंद को 1000 किला है वो 200 कर लग पे, जिंद को किला है वो बच्चों कनाल की थोड़ी बीज के वेखे तो सही, बंदे मर थोड़ी जाएंगे। हौली हौली जिधर असी पुठे रहे पे हाँ सिधे रहे आ जाइए, सरकार ने सानू 19 की शाबाशी देनी है, उन्होंने लोड़ वेले तुहानू अन्नदाता कहा, अज तुहाडे डंगा मारियां जा रहियां, तुहाडे गोलियां मारियां जा रहियां। 13 फरवरी 2024 तो शंभू ते खनौरी बार्डर के उत्ते किसान अजे भी अपने हक्कां नूं लैके बैठे हुए हैं। शुक्रिया जी तुसीं समां कढ़िया, धन्नवाद। आस करदे हां सरकारां जिहड़ियां किसानां दी कदर करनगियां। वाहिगुरू जी का खालसा, वाहिगुरू जी की फतेह।